ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਦਿੱਲੀ ਦੀਆਂ ਸੰਗਤਾਂ ਇਹ ਧਿਆਨ ਨਾਲ ਬੇਨਤੀ ਨੂੰ ਸੁਣਨ। 10 ਜੂਨ ਨੂੰ ਰਾਤ 8 ਤੋਂ 10 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੁੰਦਰ ਵਿਹਾਰ ਨੇੜੇ ਮੀਰਾ ਬਾਗ ਪੱਛਮ ਵਿਹਾਰ ਦਿੱਲੀ ਵਿਖੇ ਕੀਰਤਨ ਸਮਾਗਮ ਹੋ ਰਹੇ ਨੇ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਸੁਨੇਮਰ ਬੇਨਤੀ, ਜਿਹੜੇ ਤੁਸੀਂ ਰੋਜ਼ ਜੁੜਦੇ ਹੋ, ਰੋਜ਼ ਕੀਰਤਨ ਸੁਣਦੇ ਹੋ, ਅਤੇ ਮੈਂ ਸਭ ਨੂੰ ਬੇਨਤੀ ਕਰਦਾ ਪਰਿਵਾਰਾਂ ਸਮੇਤ, ਸੰਗਤਾਂ ਸਮੇਤ, ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਇਹ ਸਾਰੇ ਸਮਾਗਮਾਂ ਦੇ ਵਿੱਚ ਦਰਸ਼ਨ ਦਿਓ ਔਰ ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਔਰ ਇਸ ਸੁਨੇਹੇ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਤਸੰਗਤ ਜੀ, ਧਿਆਨ ਨਾਲ ਇਹ ਬੇਨਤੀ ਨੂੰ ਸੁਣਿਓ ਵੀ ਔਰ ਸ਼ੇਅਰ ਵੀ ਕਰਿਓ। ਜਿਵੇਂ ਕਿ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ ਕਿ ਤੁਹਾਡੇ ਟਰੱਸਟ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਵੱਲੋਂ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ ਹੈ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ। ਇਸ ਅਕੈਡਮੀ ਦੇ ਵਿੱਚ ਹੁਣ ਨਵੇਂ ਬੱਚਿਆਂ ਦਾ ਦਾਖਲਾ ਜੋ ਸ਼ੁਰੂ ਹੋ ਚੁੱਕਿਆ ਹੈ। 10ਵੀਂ ਪਾਸ ਜਿਹੜੇ ਲੜਕੇ ਨੇ, ਵਿਦਿਆਰਥੀ ਨੇ, ਉਹ ਜਿਹੜੇ ਇਸ ਅਕੈਡਮੀ ਦੇ ਵਿੱਚ ਦਾਖਲਾ ਲੈਣਾ ਚਾਹੁੰਦੇ ਹੋਣ, 18 ਜੂਨ ਦੁਪਹਿਰੀ 12 ਵਜੇ ਆਪਣੇ 10ਵੀਂ ਦੇ ਸਰਟੀਫਿਕੇਟ ਲੈ ਕੇ ਔਰ ਜਿਹੜੇ ਜਿਹੜੇ ਡਾਕੂਮੈਂਟਸ ਚਾਹੀਦੇ ਨੇ ਟਰੱਸਟ ਦੇ ਨੰਬਰਾਂ ਦੇ ਉੱਤੇ ਤੁਸੀਂ ਸੰਪਰਕ ਕਰ ਲੈਣਾ। ਨੰਬਰ ਤੁਹਾਡੇ ਟੀ ਵੀ ਸਕਰੀਨ ਦੇ ਉੱਤੇ ਚੱਲ ਰਿਹਾ। ਆਪਣੇ ਆਪਣੇ ਡਾਕੂਮੈਂਟਸ ਲੈ ਕੇ 12 ਵਜੇ 18 ਜੂਨ ਨੂੰ ਪਹੁੰਚਣ ਦੀ ਕਿਰਪਾਲਤਾ ਕਰਿਓ ਔਰ ਇਸ ਅਕੈਡਮੀ ਦੇ ਵਿੱਚ ਬਿਲਕੁਲ ਨਿਸ਼ਕਾਮਤਾ ਦੇ ਨਾਲ ਪਿਆਰਿਓ। ਤੁਹਾਨੂੰ ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਲਾਈ, ਜੋ ਗੁਰਬਾਣੀ ਦੀ ਸੰਥਿਆ, ਤੁਹਾਡਾ ਜੀਵਨ ਉੱਚਾ ਸੁੱਚਾ ਬਣੇ, ਅੰਮ੍ਰਿਤ ਵੇਲੇ ਦੀ ਸੰਭਾਲ, ਸੰਧਿਆ ਦੇ ਸਮੇਂ ਦੀ ਸੰਭਾਲ ਔਰ ਤੁਹਾਡੀ ਸਿਹਤ ਰਾਜੀ ਰਹੇ, ਜਿਮ ਦਾ ਪ੍ਰਬੰਧ ਵੀ, ਇਹ ਸਾਰੀਆਂ ਚੀਜ਼ਾਂ ਬਿਲਕੁਲ ਫ੍ਰੀ ਮੁਹੱਈਆ ਕਰਵਾਈਆਂ ਗਈਆਂ ਨੇ। ਔਰ ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ ਹੈ ਪਿਆਰਿਓ, ਜਿਹੜੇ ਤੁਸੀਂ ਰੋਜ਼ ਸੁਣਦੇ ਹੋ, ਆਪਣੇ ਬੱਚਿਆਂ ਨੂੰ ਜੇ ਤੁਸੀਂ ਪੈਰਾਂ 'ਤੇ ਸਟੈਂਡ ਕਰਨਾ ਚਾਹੁੰਦੇ ਹੋ ਗੁਰਮਤਿ ਦੀ ਲਾਈਨ ਦੇ ਵਿੱਚ, ਕਿ ਤੁਹਾਡੇ ਬੱਚੇ ਕਿਸੇ ਦੇ ਕੋਲੋਂ ਮੰਗਣ ਵਾਲੇ ਨਾ ਬਣਨ, ਦੂਜਿਆਂ ਨੂੰ ਵੰਡਣ ਵਾਲੇ ਬਣ ਜਾਣ, ਆਪਣੇ ਪੈਰਾਂ 'ਤੇ ਸਟੈਂਡ ਹੋ ਜਾਣ, ਅਤੇ ਇਸ ਅਕੈਡਮੀ ਦੇ ਵਿੱਚ ਫਿਰ ਤੁਸੀਂ ਆਪਣੇ ਬੱਚਿਆਂ ਨੂੰ 3 ਸਾਲਾਂ ਦੇ ਕੋਰਸ ਦੇ ਲਈ ਦਾਖਲ ਕਰਵਾਓ। ਜੋ ਜੋ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਇਸ ਅਕੈਡਮੀ ਦੇ ਬਾਰੇ, ਟੀ ਵੀ ਸਕਰੀਨ ਦੇ ਉੱਤੇ ਨੰਬਰ ਫਲੈਸ਼ ਹੋ ਰਿਹਾ, ਆਪ ਜੀ ਇਸ ਨੰਬਰ ਦੇ ਉੱਤੇ ਸੰਪਰਕ ਕਰ ਲੈਣਾ ਔਰ 18 ਜੂਨ ਨੂੰ 12 ਵਜੇ ਜੋ ਆਪ ਜੀਆਂ ਨੇ ਇਸ ਅਕੈਡਮੀ ਵਿਖੇ ਦਾਖਲ ਹੋਣ ਵਾਲੇ ਵਿਦਿਆਰਥੀਆਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ ਔਰ ਇਸ ਸੁਨੇਹੇ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਸਤਸੰਗ ਜੀ 18, 19, 20 ਔਰ 21 ਜੂਨ ਰੋਜ਼ਾਨਾ ਸਵੇਰੇ ਅੰਮ੍ਰਿਤ ਵੇਲੇ 4 ਵਜੇ ਤੋਂ 6 ਵਜੇ ਤੱਕ 4 ਰੋਜ਼ਾ ਵਿਸ਼ੇਸ਼ ਅੰਮ੍ਰਿਤ ਵੇਲਾ ਸਮਾਗਮ ਰੱਖਿਆ ਗਿਆ। ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ, ਦਾਤਾਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਕਿ ਜ਼ਰੂਰੀ ਤੋਂ ਜ਼ਰੂਰੀ ਰੁਝੇਵਿਆਂ ਨੂੰ ਛੱਡ ਕੇ ਇਹ 4 ਦਿਨ ਆ ਕੇ ਤੁਸੀਂ ਅੰਮ੍ਰਿਤ ਵੇਲੇ ਦੇ ਸਮਾਗਮਾਂ ਦੇ ਲਾਹੇ ਲੈਣੇ ਔਰ ਗੁਰੂ ਪਿਤਾ ਜੀ ਕੋਲੋਂ ਜਿਹੜੀਆਂ ਵੀ ਦਾਤਾਂ ਤੁਸੀਂ ਮੰਗਣੀਆਂ ਨੇ ਨਾ, ਬਾਪੂ ਜੀ ਨੇ ਸਾਰੀਆਂ ਦਾਤਾਂ ਦੇ ਨਾਲ ਸਾਨੂੰ ਨਿਵਾਜਣਾ। ਔਰ ਜਿਹੜੇ ਜਿਹੜੇ ਪ੍ਰੇਮੀ ਅੰਮ੍ਰਿਤ ਵੇਲਿਆਂ ਦੇ ਦੀਵਾਨਾਂ ਦੇ ਵਿੱਚ ਪਿਛਲੇ ਸਮਿਆਂ 'ਚ ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ ਨੇ ਆ ਕੇ, ਉਹਨਾਂ ਨੂੰ ਪਤਾ ਅੰਮ੍ਰਿਤ ਵੇਲੇ ਦਾ ਸਦਕਾ
ਬਾਪੂ ਜੀ ਨੇ ਇੱਕ ਇੱਕ ਨੂੰ ਕਿਵੇਂ ਕਿਵੇਂ ਬਖਸ਼ਿਸ਼ਾਂ ਵੰਡਣ ਵਾਲਾ ਬਣਾ ਦਿੱਤਾ ਹੈ, ਇੱਕ ਇੱਕ ਦੇ ਕਿੰਨੇ ਕਿੰਨੇ ਕਾਰਜ ਸਵਾਰੇ ਨੇ ਬਾਪੂ ਦੀਪ ਸਿੰਘ ਨੇ। ਆਓ ਭਾਗਾਂ ਵਾਲਿਓ, ਇਹ ਚਾਰ ਦਿਨਾਂ ਦਾ ਵਿਸ਼ੇਸ਼ ਅੰਮ੍ਰਿਤ ਵੇਲੇ ਦਾ ਜਿਹੜਾ ਸਮਾਗਮ ਹੈ ਅੰਮ੍ਰਿਤਸਰ ਸਾਹਿਬ, ਭਾਵੇਂ ਤੁਸੀਂ ਰੁਕਣ ਦਾ ਪ੍ਰਬੰਧ ਰਿਸ਼ਤੇਦਾਰਾਂ ਦੇ ਘਰ ਕਰ ਲਓ, ਹੋਟਲ ਦਾ ਪ੍ਰਬੰਧ ਕਰ ਲਓ, ਭਾਵੇਂ ਸਰਾਂ ਦਾ ਪ੍ਰਬੰਧ ਕਰ ਲਓ, ਪਰ ਚਾਰ ਦਿਨ ਆ ਕੇ ਤੁਸੀਂ ਸਾਰਿਆਂ ਨੇ ਅੰਮ੍ਰਿਤ ਵੇਲੇ ਦੇ ਸਮਾਗਮਾਂ ਵਿੱਚ ਹਾਜ਼ਰੀ ਭਰਨੀ। ਔਰ ਸਭ ਨੂੰ ਪਤਾ ਹੀ ਹੈ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੰਗ ਦੇ ਮੈਦਾਨ ਦੇ ਵਿੱਚ ਵੀ ਪਿਆਰਿਓ ਅੰਮ੍ਰਿਤ ਵੇਲੇ ਨੂੰ ਸੰਭਾਲਣ ਦੇ ਪੂਰਨੇ ਪਾਏ ਨੇ। 250 ਸਿੰਘ ਸ਼ਹੀਦ ਕਰਵਾਉਣਾ ਮਨਜ਼ੂਰ ਕਰ ਲਿਆ ਸੀ, ਪਰ ਬਾਪੂ ਜੀ ਨੇ ਅੰਮ੍ਰਿਤ ਵੇਲਾ ਨਹੀਂ ਸੀ ਛੱਡਿਆ। ਤਾਂ ਮੇਰੀ ਬੇਨਤੀ, ਚਾਰ ਦਿਨ 18, 19, 20 ਔਰ 21 ਜੂਨ ਨੂੰ ਅੰਮ੍ਰਿਤ ਵੇਲੇ ਦੇ ਸਮਾਗਮਾਂ ਵਿੱਚ ਆ ਕੇ ਹਾਜ਼ਰੀਆਂ ਭਰੋ ਔਰ ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇਸ ਸੁਨੇਹੇ ਨੂੰ ਅੱਗੇ ਤੋਂ ਅੱਗੇ ਪਹੁੰਚਾਓ, ਤਾਂ ਜੋ ਜਿਹੜੇ ਅੱਜ ਤੱਕ ਅੰਮ੍ਰਿਤ ਵੇਲੇ ਨਹੀਂ ਉੱਠੇ ਉਹ ਵੀ ਅੰਮ੍ਰਿਤ ਵੇਲੇ ਦਾ ਰਸ ਲੈਣ ਔਰ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ ਆਪਣੀਆਂ ਆਪਣੀਆਂ ਅਰਜ਼ੀਆਂ ਕਬੂਲ ਕਰਵਾ ਲੈਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲ ਮੇਰਾ ਵੱਡ ਸਮਰਥਾ, ਬੋਲ ਬੋਲ ਮੇਰਾ ਵੱਡ ਸਮਰਥਾ, ਸਾਰੇ ਕਰਨ ਕਰਨ ਪ੍ਰਭਹਾਰਾ, ਕਰਨ ਕਰਨ ਪ੍ਰਭਹਾਰਾ, ਕਰਨ ਕਰਨ ਪ੍ਰਭਹਾਰਾ, ਕਰਨ ਕਰਨ ਸਿਮਰਤ ਦੁੱਖ ਕੋਈ ਨਾ ਲਾਗੇ, ਪਉ ਜਲ ਪਾਰੀ ਉਤਾਰਾ, ਜਿਸ ਸਿਮਰਤ ਦੁੱਖ ਕੋਈ ਨਾ ਲਾਗੇ, ਪਉ ਜਲ ਪਾਰੀ ਉਤਾਰਾ, ਬੋਲ ਮੇਰਾ ਵੱਡ ਸਮਰ ਸਮਾ।
ਚੋਰ ਨਾ ਲੱਭੋ ਨੇ ਜੀ ਧਨ ਬੰਬਾ ਦੀਪ ਸਿੰਘ ਔਰ ਚਰਨ ਕਮਲ ਕੀ ਟੇਕ ਸਤਿਗੁਰ ਦਿੱਤੀ ਤੁਸ ਕੇ ਬਲਰਾਮ ਜੀਓ चरण कमल की एक सतगुर दीदी तुस के पल राम जियो हर अमृत परे पंडार सब किछ है कर तिस के पल राम जियो करण कारण प्रभ ਸ੍ਰੀ ਗੁਰੂ ਅਮਰਦਾਸ ਜੀ ਧੰਨ ਧੰਨ 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 ਸ੍ਰੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਲਖਨ ਜੀ ਧੰਨ ਬਾਬਾ ਦੀਪ ਸਿੰਘ ਜੀ ਆਦਿ ਜੁਗਾਦ ਪਗ ਤਨ ਕਾ ਰਾਖਾ ਉਸ ਤੇ ਕਰ ਕਰ ਜੀਵਾ ਪੜਿਓ ਆਦ ਜੁਗਾਦ ਭਗਤਨ ਕਾ ਰਾਖਾ ਉਸ ਤੇ ਕਰ ਕਰ ਜੀਵਾ ਨਾਨਕ ਨਾਮ ਦਿਨ ਮਨ ਤਨ ਪੀਵਾ ਬੋਲ ਮੇਰਾ ਵੱਡ ਸਮਰ ਗੱਜ ਕੇ ਬੋਲ ਮੇਰਾ ਵੱਡ ਸਮਰ ਕਰਨ ਕਰਨ ਪ੍ਰਭ ਹਾਰਾ ਕਰਨ ਕਰਨ ਪ੍ਰਭ ਹਾਰਾ
समरथा रच के भूल मेरा मद समरथा भूल मेरा मद समरथा करण कारण प्रभु हारा जिस सिमरत दुख कोई न लागे पाँव जल पारे उतारा बाबुल मेरा वट समरथा वट समरथा तू समरथ बटा 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 मेरी मत छोरी राम मेरी मत छोरी थोरी राम मेरी मत थोरी राम तू समरथ बटा तू समरथ बटा तू समरथ बटा तू समरथ बटा मेरी मत थोरी राम कीर्त कना पाले अकीर्त कना पूर्ण दृष्टि तेरी राम पूर्ण दृष्टि तेरी राम तन तन श्री गुरु अमरदास जी 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 उपमा तो हे बनया मैं तेरी उपमा तो हे बनया मैं तेरी उपमा तो हे बनया तेरी उपमा तो हे बनया मामल कुसुम बसंत अनंत नावे राम सस किरण उतन सागर को अंग तरंग अंत को पावे
ਰੁਦਰ ਧਿਆਨ ਗਿਆਨ ਸਤਿਗੁਰ ਕੇ ਕੰਮ ਜਨ ਭਲ ਉਹਨੇ ਜੋ ਗਾਵੇ ਪੱਲੇ ਅਮਰਦਾਸ ਗੁਣ ਤੇਰੇ ਗੁਣ ਤੇਰੇ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਜੀ ਤੇਰੀ ਉਪਮਾ ਤੋਹੇ ਬਣ ਆਵੇ 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 ਤੁਹਾਡੀ ਆਵਾਜ਼ ਸੁਣਨੀ ਚਾਹੁੰਦਾ ਵਾਹਿਗੁਰੂ ਵਾਹਿਗੁਰੂ ਸੰਗਤ ਵਾਹਿਗੁਰੂ ਗੁਰਮੁਖੋ ਤੁਸੀਂ ਵੀ ਬੜਾ ਹੋਰ ਗੱਜੋ ਵਾਹਿਗੁਰੂ 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 ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਬੋਲ ਮੇਰਾ ਵੱਡ ਸਮਰ ਗੁਰੂ ਅਮਰਦਾਸ ਪਾਤਸ਼ਾਹ ਜਿਨ੍ਹਾਂ ਦਾ ਆਗਮਨ ਪੁਰਬ ਮਨਾ ਰਹੇ ਹੋ ਵੇਖੋ ਤਕਰੀਬਨ 25 ਸਾਲ ਵੱਡੇ ਨੇ ਗੁਰੂ ਅੰਗਦ ਸਾਹਿਬ ਤੋਂ 25 ਸਾਲ ਵੱਡੇ ਪਰ ਆਪਣੇ ਅੰਦਰ ਉਮਰ ਦਾ ਮਾਣ ਨਹੀਂ ਰੱਖਿਆ ਮੈਂ ਵੱਡਾ ਹੀ ਛੋਟੇ ਨੇ ਨਿਰੰਕਾਰ ਜਾਣ ਕੇ ਗੁਰੂ ਜਾਣ ਕੇ ਇਹੋ ਜਿਹੀ ਸੇਵਾ ਕੀਤੀ ਇਹੋ ਜਿਹੀ ਖਿਦਮਤ ਕੀਤੀ ਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਇਹੋ ਜਿਹੇ ਪੂਰਨੇ ਪਾਤੇ ਬਈ ਸੇਵਾ ਕਰਨੀ ਤੇ ਏਦਾਂ ਕਰਿਓ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ 60 ਸਾਲ ਦੀ ਉਮਰ ਦੇ ਵਿੱਚ ਗਾਗਰ ਚੱਕੀ 60 ਸਾਲ ਦੀ ਉਮਰ ਦੇ ਵਿੱਚ ਪਾਣੀ ਦੀ ਗਾਗਰ 12 ਸਾਲ ਲਗਾਤਾਰ ਗੁਰੂ ਅੰਗਦ ਸਾਹਿਬ ਨੂੰ ਨਿਤਾ ਪ੍ਰਤੀ ਇਸ਼ਨਾਨ ਕਰਾਉਣ ਦੀ ਸੇਵਾ 12 ਸਾਲ ਛੋਟੀ ਗੱਲ ਨਹੀਂ ਇੱਕ ਦੋ ਮਹੀਨੇ ਜ਼ਿਆਦਾ ਗਰਮੀ ਪੈ ਜਾਏ ਨਾ ਅਸੀਂ ਕਈ ਵਾਰੀ ਨਿਤਨੇਮ ਛੱਡ ਦਿੰਦੇ ਹਾਂ ਸੱਚੀ ਗੱਲ ਕਰਦੇ ਹਾਂ ਇੱਕ ਦੋ ਮਹੀਨੇ ਠੰਡ ਜ਼ਿਆਦਾ ਪੈ ਜਾਏ ਤਾਂ ਵੀ ਨਿਤਨੇਮ ਛੱਡ ਦਿੰਦੇ ਗੁਰੂ ਘਰ ਵਿੱਚ ਆਉਣਾ ਛੱਡ ਦਿੰਦੇ ਬਈ ਠੰਡ ਬੜੀ ਬਈ ਗਰਮੀ ਬੜੀ ਹੈ ਕੀ ਕਰਨ ਜਾਣਾ
ਪਰ ਤੁਸੀਂ ਸਿਆਣੇ ਹੋ, 12 ਸਾਲਾਂ ਦੇ ਵਿੱਚ ਠੰਡ ਨਹੀਂ ਆਈ ਕਿ ਗਰਮੀ ਨਹੀਂ ਆਈ? ਦੱਸੋ, 12 ਸਾਲਾਂ ਦੇ ਵਿੱਚ ਬਾਰਿਸ਼ ਨਹੀਂ ਆਈ ਕਿ ਹਨੇਰੀ ਨਹੀਂ ਆਈ? ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਡਾ ਤਾਂ ਥੋੜਾ ਜਿਹਾ ਸਿਰ ਦੁਖਣਾ ਸ਼ੁਰੂ ਹੋ ਜਾਵੇ ਨਾ, ਅਸੀਂ ਕਹਿੰਦੇ ਛੱਡ ਯਾਰ ਨਿਤਨੇਮ ਕੀ ਕਰਨਾ। ਪਰ ਤੁਸੀਂ ਸਿਆਣੇ ਹੋ, ਮੈਨੂੰ ਦੱਸੋ 12 ਸਾਲਾਂ 'ਚ ਸਿਹਤ ਢਿੱਲੀ ਨਹੀਂ ਹੋਈ ਹੋਏਗੀ? ਦੱਸੋ, 12 ਸਾਲਾਂ 'ਚ ਸਿਹਤ ਵੀ ਢਿੱਲੀ ਹੋਈ ਹੋਏਗੀ, ਗਰਮੀ ਸਰਦੀ ਵੀ, ਝੱਖੜ ਵੀ ਝੱਲੇ, ਹਨੇਰੀਆਂ ਵੀ ਝੱਲੀਆਂ, ਪਰ ਧੰਨ ਗੁਰੂ ਅਮਰਦਾਸ ਜੀ, ਤੁਹਾਡੇ ਅੰਦਰ ਕਿਹੋ ਜਿਹਾ ਸੇਵਾ ਦਾ ਇਸ਼ਕ ਲੱਗਿਆ ਗੁਰੂ ਅੰਗਦ ਸਾਹਿਬ ਦੀ ਸੇਵਾ ਦਾ? 12 ਸਾਲ ਨਿਰੰਤਰਤਾਈ ਨਾਲ ਸੇਵਾ ਕੀਤੀ ਤੇ ਸੁਣਿਓ, 12 ਸਾਲਾਂ 'ਚ ਮੀਂਹ ਵੀ ਝੱਲਿਆ, ਹਨੇਰੀਆਂ ਵੀ ਝੱਲੀਆਂ, ਦੁੱਖ ਸੁੱਖ ਵੀ ਝੱਲੇ। 12 ਸਾਲਾਂ ਦੇ ਵਿੱਚ ਸਿਹਤ ਵੀ ਢਿੱਲੀ ਹੋਈ, ਮੌਸਮ ਦੇ ਉਤਰਾ ਚੜਾਅ ਵੀ ਝੱਲੇ, ਤੇ ਲੋਕਾਂ ਦੇ ਬੋਲ ਕਬੋਲ ਵੀ ਝੱਲੇ। ਬੋਲ ਕਬੋਲ, ਇਹ ਤੇ ਕੁੜਮਾਂ ਦੇ ਬੂਹੇ ਤੇ ਬੈਠਾ। ਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਬੋਲ ਕਬੋਲ ਵੀ ਝੱਲੇ, ਬੋਲ ਕਬੋਲ। ਪਰ ਕਿਹੋ ਜਿਹਾ ਤੁਹਾਡੇ ਅੰਦਰ ਪਿਆਰ ਹੈ ਗੁਰੂ ਅਮਰਦਾਸ ਪਾਤਸ਼ਾਹ? 12 ਸਾਲਾਂ ਵਿੱਚ ਮੌਸਮ ਵੀ ਆਪਣੇ ਰੰਗ ਵਿਖਾਉਂਦਾ ਬੜੇ ਤਰ੍ਹਾਂ ਦੇ, ਲੋਕੀ ਵੀ ਰੰਗ ਵਿਖਾਉਂਦੇ ਨੇ ਬੜੀ ਤਰ੍ਹਾਂ ਦੇ, ਸੇਬ ਵੀ ਰੰਗ ਵਿਖਾਉਂਦੀ ਹੈ ਬੜੀ ਤਰ੍ਹਾਂ ਦੇ, ਪਰ ਧੰਨ ਗੁਰੂ ਅਮਰਦਾਸ, ਤੁਹਾਡੇ ਅੰਦਰ ਕਿਹੋ ਜਿਹਾ ਇਸ਼ਕ ਹੈ, ਕਿਹੋ ਜਿਹੀ ਮੁਹੱਬਤ ਹੈ ਗੁਰੂ ਅੰਗਦ ਸਾਹਿਬ ਦੀ ਸੇਵਾ ਕਰਨ ਦੀ, ਕਿ 12 ਸਾਲਾਂ ਵਿੱਚ ਸਭ ਕੁਝ ਜਰਦਿਆਂ ਹੋਇਆਂ ਵੀ ਆਪਣੇ ਨਿਤਨੇਮ 'ਚ ਇੱਕ ਵੀ ਨਾਗਾ ਨਹੀਂ ਪੈਣ ਦਿੱਤਾ? ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਦਮਦਮਾ ਸਾਹਿਬ ਗੁਰਦੁਆਰਾ ਬਣਿਆ, ਜਦੋਂ ਉੱਥੋਂ ਬਿਆਸਾ ਵੱਲ ਹੋਣਾ ਤੇ ਥੋੜ੍ਹੀ ਜਿਹੀ ਕੰਢ ਹੋ ਜਾਣੀ, ਉੱਥੇ ਦਮ ਲੈਣਾ ਤੇ ਮਹਾਰਾਜ ਦੇ ਅੱਗੇ ਅਰਦਾਸ ਕਰਨੀ, ਮਹਾਰਾਜ ਇੱਥੋਂ ਮੈਂ ਘੁੰਮਣਾ ਹੈ, ਘੁੰਮਣਾ ਜਪਜੀ ਸਾਹਿਬ ਦਾ ਇੱਕ ਪਾਠ ਕਰਨਾ ਤੇ ਆਪਣੀ ਭੁੱਲ ਬਖਸ਼ਵਾਉਣੀ ਕਿ ਮਹਾਰਾਜ ਉੱਧਰ ਚੱਲੇ ਆ, ਅਣਜਾਣ ਕੋਣੇ 'ਚ ਜਾਂ ਰਸਤੇ ਦੇ ਕਰਕੇ ਤੁਹਾਡੇ ਵੱਲ ਇੰਨਾ ਕੰਢ ਹੋਣੀ ਹੈ, ਮੇਰੀ ਇਹ ਭੁੱਲ ਬਖਸ਼ ਦੇਣਾ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ, ਇੱਦਾਂ ਨਹੀਂ, ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅੱਜ ਉਹ ਦਿਨ ਆਇਆ ਪਿਆਰਿਓ ਜਦੋਂ ਦਾਤ ਮਿਲਣੀ ਹੈ। ਜੁਲਾਈ ਦੀ ਖੱਡੀ ਸੀ, ਉਹ ਕਿੱਲੀ ਦੇ ਨਾਲ ਟੱਕਰ ਹੋਈ, ਮਹਾਰਾਜ ਡਿੱਗ ਪਏ, ਬਜ਼ੁਰਗ ਸਰੀਰ ਡਿੱਗ ਪਏ, ਸਤਿਗੁਰੂ ਆਪ ਡਿੱਗੇ, ਪਰ ਜਲ ਦੀ ਗਾਗਰ ਨਹੀਂ ਡਿੱਗਣ ਦਿੱਤੀ, ਜਲ ਦੀ ਗਾਗਰ ਨਹੀਂ। ਤੇ ਜਦੋਂ ਖੜਾਕ ਹੋਇਆ ਨਾ ਤੇ ਜੁਲਾਹਾ ਪੁੱਛਦਾ ਕੌਣ ਹੈ ਬਾਗ, ਤੇ ਜੁਲਾਹੀ ਕਹਿੰਦੀ ਹੋਰ ਕੌਣ ਹੋਣਾ, ਇਹ ਤੇ ਅਮਰੂ ਨਿਥਾ ਮੈਂ, ਜਿਹਨੂੰ ਕਿਤੇ ਥਾਂ ਨਹੀਂ ਮਿਲਦੀ, ਕੁੜਮਾਂ ਦੇ ਬੂਹੇ ਤੇ ਬੈਠਾ, ਇਸ ਵੇਲੇ ਹੋਰ ਕੌਣ ਹੋ ਸਕਦਾ, ਇਹ ਤੇ ਉਹ ਹੀ ਹੈ। ਤੇ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕੰਨਾਂ ਦੇ ਵਿੱਚ ਇਹ ਆਵਾਜ਼ ਪਈ ਨਾ, ਆਵਾਜ਼ ਇਹ ਅਮਰੂ ਬੇਨਵਾ ਹੋਗਾ ਸਦਾ ਹੈ ਭਟਕਤਾ ਫਿਰਤਾ, ਸੁਣਿਓ, ਇਹ ਅਮਰੂ ਬੇਨਵਾ ਹੋਗਾ ਸਦਾ ਹੈ ਭਟਕਤਾ ਫਿਰਤਾ, ਜਿਹਦਾ ਕੋਈ ਟਿਕਾਣਾ ਨਹੀਂ, ਨਾ ਕਬਹੂ ਚੈਨ ਕਰਤਾ, ਬਕਾਰਾ ਹੋ ਤੋ ਐਸਾ ਹੋ। ਸੁਣਿਓ, ਕਹਿੰਦੀ ਇਹ ਅਮਰੂ ਬੇਨਵਾ ਹੋਗਾ
ਸਦਾ ਹੈ ਭਟਕਦਾ ਫਿਰਦਾ, ਨਾ ਚੈਨ ਕਰਤਾ ਬਕਾਰਾ ਹੋ ਤੋ ਐਸਾ ਹੋ, ਬੋਲੀ ਮਾਰੀ ਨਾ ਬੋਲੀ। ਤੇ ਗੁਰੂ ਅਮਰਦਾਸ ਪਾਤਸ਼ਾਹ ਸਾਈਂ ਦੇ ਮੁਖੋਂ ਸਹਿ ਸੁਭਾਏ ਬਚਨ ਨਿਕਲਿਆ, ਕਹਿੰਦੇ ਇਹ ਦੀਵਾਨੀ ਕਿਆ ਬਖਤੀ ਹੈ ਗੁਰੂ ਕੀ ਸ਼ਾਨ ਮੈਂ। ਉਹ ਦੀਵਾਨੀ ਇਹ ਕੀ ਗੁਰੂ ਦੀ ਸ਼ਾਨ ਚ ਬੋਲੀ ਜਾਨੀ, ਮੈਂ ਕੋਈ ਨਿਥਾਵਾਂ? ਉਹ ਜਿਹਨੂੰ ਗੁਰੂ ਅੰਗਦ ਸਾਹਿਬ ਨੇ ਥਾਂ ਦਿੱਤੀ ਆਪਣੇ ਚਰਨਾਂ 'ਚ, ਉਹ ਤੇ ਥਾਂ ਵਾਲਾ ਬਣ ਜਾਂਦਾ ਹੈ। ਖੁਦ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਹਿੰਦੇ ਅਰੇ ਦੀਵਾਨੀ ਕਿਆ ਬਖਤੀ ਹੈ ਗੁਰੂ ਕੀ ਸ਼ਾਨ ਮੈਂ, ਉਸੀ ਵਕਤ ਹੋ ਗਈ ਪਾਗਲ, ਇਸ਼ਾਰਾ ਹੋ ਤੋ ਐਸਾ ਹੋ। ਮਹਾਰਾਜ ਦੇ ਮੁੱਖੋਂ ਸਹਿਜੇ ਬਚਨ ਨਿਕਲਿਆ, ਝੱਲਿਆਂ ਵਾਲੇ ਕੰਮ ਕਰਨ ਲੱਗ ਪਈ, ਕੱਪੜੇ ਪਾਉਣ ਲੱਗ ਪਈ, ਵਾਲ ਪੁੱਟਣ ਲੱਗ ਪਈ। ਜਦੋਂ ਪਈ ਸਵੇਰ, ਮਹਾਰਾਜ ਦੇ ਦਰਬਾਰ 'ਚ ਆ ਗਿਆ ਜੁਲਾਹਾ, ਮਹਾਰਾਜ ਵੇਖੋ ਮੇਰੀ ਘਰਵਾਲੀ ਦੀ ਇਹ ਹਾਲਤ ਹੋ ਗਈ। ਜਦੋਂ ਸਾਰੀ ਗੱਲ ਪਤਾ ਲੱਗੀ, ਇਹ ਤੇ ਗੁਰੂ ਅਮਰਦਾਸ, ਬਾਬਾ ਅਮਰਦਾਸ ਅਜੇ ਗੁਰੂ ਪਦਵੀ ਨਹੀਂ ਮਿਲੀ, ਉਹਨਾਂ ਦੇ ਮੁੱਖੋਂ ਬਚਨ ਨਿਕਲਿਆ। ਅਤੇ ਉਸ ਵੇਲੇ ਸਤਿਗੁਰਾਂ ਨੇ ਬੁਲਾਇਆ, ਗਲ ਨਾਲ ਲਾਇਆ ਕਿ ਅੱਜ ਤੁਹਾਡੀ ਸੇਵਾ ਥਾਏ ਪੈ ਗਈ ਹੈ। ਥਾਏ 12 ਸਾਲ ਸੇਵਾ ਕਰਦੇ ਸੀ, ਤੇ ਸਾਲ ਬਾਅਦ ਇੱਕ ਸਰੂਪ ਉਹ ਮਿਲਦਾ ਸੀ ਗੁਰੂ ਅਮਰਦਾਸ ਜੀ ਨੂੰ। ਸਾਲ ਬਾਅਦ ਮਹਾਰਾਜ ਪੜਦੇ ਢੱਕ ਲੈਂਦੇ ਸੀ, ਮਹਾਰਾਜ ਨੇ ਅੱਜ ਗੱਲ ਨਾਲ ਲਾਇਆ ਗੁਰੂ ਅੰਗਦ ਸਾਹਿਬ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ 12 ਵਾਰ ਝੋਲੀ 'ਚ ਪਾਤੇ, 12 ਵਾਰ ਝੋਲੀ 'ਚ। ਓਹੋ, ਉਹ 12 ਵਾਰ ਕਿਹੜੇ ਨੇ? ਮੇਰਾ ਚਿੱਤ ਕਰਦਾ ਆਪਾਂ ਸਾਰੇ ਬੋਲ ਦਈਏ। ਮੈਂ ਇੱਕ ਵਾਰੀ ਪੁੱਛਣਾ, ਚੜ੍ਹਦੀ ਕਲਾ 'ਚ ਉਹ ਉਹ 12 ਵਾਰ ਕਿਹੜੇ ਨੇ? ਸਤਿਗੁਰਾਂ ਨੇ ਝੋਲੀ 'ਚ ਪਾਏ, ਪ੍ਰਿੰਸੀਪਲ ਸਤਬੀਰ ਸਿੰਘ ਜੀ ਨੇ ਲਿਖੇ ਨੇ ਉਹ 12 ਵਾਰ। ਤੇ ਮੇਰੇ ਮਨ ਦੀ ਭਾਵਨਾ ਇੱਕ ਵਾਰੀ ਗਾ ਕੇ ਬੋਲ ਲਓ, ਤੇ ਸਾਰੀ ਸੰਗਤ ਇੱਕ ਵਾਰੀ ਦਾਸ ਬੋਲੇ, ਦੂਜੀ ਵਾਰੀ ਵੀਰ ਬੋਲਣ, ਤੀਜੀ ਵਾਰੀ ਭੈਣਾਂ। ਥੋੜੇ ਜਿਹੇ ਮਿੰਟ ਬਸ ਬਾਕੀ ਨੇ, ਤੇ ਪੂਰਾ ਲਾਹਾ ਲੈਣਾ ਆਪਾਂ, ਗਰਮੀ ਦੀ ਪਰਵਾਹ ਨਹੀਂ, ਕਿਉਂਕਿ ਅਸੀਂ ਦੁੱਖਾਂ ਨੂੰ ਘਟਾਉਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਿਹਤ ਮੇਰੀ ਕੱਲ ਦੀ ਵੱਲ ਨਹੀਂ ਚੱਲ ਰਹੀ, ਪਰ ਤਾਂ ਵੀ ਮੈਂ ਕਿਸੇ ਚੀਜ਼ ਦੀ ਪਰਵਾਹ ਨਾ ਕਰਦੇ ਹੋਏ ਤੁਹਾਡੇ ਚਰਨਾਂ 'ਚ ਹਾਜ਼ਰ ਹੋ ਗਿਆ ਹੈ ਜੀ। ਤੁਹਾਡੀ ਵਾਈਬ੍ਰੇਸ਼ਨ, ਮੈਨੂੰ ਪੋਜ਼ਿਟਿਵ ਵਾਈਬ੍ਰੇਸ਼ਨ ਮਿਲਣ ਲੱਗ ਪਈ, ਮੈਂ ਹੋਰ ਚੜ੍ਹਦੀ ਕਲਾ 'ਚ ਹੋਈ ਜਾ ਰਿਹਾ। ਤੁਹਾਡੀ ਵਾਈਬ੍ਰੇਸ਼ਨ ਦਾ ਸਦਕਾ ਮੇਰੀ ਚੜ੍ਹਦੀ ਕਲਾ ਹੋ ਰਹੀ, ਅਤੇ ਇਹਨਾਂ ਦੀ ਵਾਈਬ੍ਰੇਸ਼ਨ ਦਾ ਸਦਕਾ ਜਿਨ੍ਹਾਂ ਦੇ ਦਰਸ਼ਨ ਕਰ ਰਹੇ ਹੋ। ਢੈਂਦੀ ਕਲਾ ਰਹੇਗੀ ਕਿਤੇ? ਕਦੀ ਨਹੀਂ ਰਹਿ ਸਕਦੀ। ਵਾਈਬ੍ਰੇਸ਼ਨ ਮਹਿਸੂਸ ਕਰੋ, ਮੇਰੇ ਵੱਲ ਵੀ ਆ ਰਹੀ ਉਹ ਕਿਰਨ ਤੁਹਾਡੇ ਵੱਲ ਵੀ ਜਾ ਰਹੀ ਹੈ ਜੀ। ਪਿਤਾ ਜੀ ਨੂੰ ਕਰ ਲਓ ਨਾਲੇ ਮਹਿਸੂਸ, ਉਹ ਵਾਈਬ੍ਰੇਸ਼ਨ ਮਹਿਸੂਸ ਕਰੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਆਓ ਬੜੇ ਪਿਆਰ 'ਚ ਸਾਰੀ ਸੰਗਤ, ਉਹ ਜਿਹੜੇ ਵਰ ਨੇ ਪੜਿਓ ਪਿਆਰ 'ਚ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ। ਧੰਨ ਧੰਨ ਸ੍ਰੀ, ਵਾਹ ਵਾਹ। ਮੈਨੂੰ ਪਤਾ ਹੈ ਕਾਫੀ ਲੰਮੇ ਸਮੇਂ ਤੋਂ ਬੈਠੇ, ਭੁੱਖ ਭੁੱਖ ਵੀ ਲੱਗ ਗਈ ਹੈ ਤੁਹਾਨੂੰ, ਅੱਧਾ ਅੱਧਾ ਪ੍ਰਸ਼ਾਦਾ ਭਾਵੇਂ ਬਾਅਦ ਚੋਂ ਵੱਧ ਛਕ ਲਿਓ, ਪਰ ਵੀਰੋ ਤੁਸੀਂ ਵੀ ਤੇ ਭੈਣੋ ਤੁਸੀਂ ਵੀ ਗੱਜ ਕੇ ਜ਼ੋਰ ਲਾਓ, ਗੱਜ ਕੇ। ਘਰ ਵਿੱਚ ਵਿਆਹ ਹੋਵੇ ਨਾ, ਸੱਚੀ ਗੱਲ ਹੈ,
75 ਸਾਲ ਦੀ ਬਜ਼ੁਰਗ ਦਾਦੀ ਵੀ ਘਰ 'ਚ ਹੋਵੇ ਨਾ, ਉਹ ਵੀ ਕਹਿੰਦੀ ਇੱਕ ਬੋਲੀ ਮੈਂ ਵੀ ਪਾਉਣੀ ਹੈ। ਮੇਰੇ ਕੋਲੋਂ ਰਿਹਾ ਨਹੀਂ ਜਾ ਰਿਹਾ, ਮੇਰੇ ਪੋਤੇ ਦਾ ਵਿਆਹ ਹੈ। ਆਹ ਖੁਸ਼ੀਆਂ ਗੁਰੂ ਅਮਰਦਾਸ ਜੀ ਦਾ ਆਗਮਨ ਪਰਵ, ਡਟ ਕੇ ਲਾਓ ਜੋ ਡਟ ਕੇ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ। ਵੀਰ ਮੇਰੇ ਵੀਰ ਬੋਲੋ ਵੀਰ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ। ਭੈਣਾਂ ਮੇਰੀਆਂ ਬੋਲੋ, ਧੰਨ ਧੰਨ ਸ੍ਰੀ ਗੁਰੂ, ਸ਼ਾਬਾਸ਼। ਤੁਮ ਹੋ ਨਿਥਾਵਨ ਥਾਨ, ਗੁਰੂ ਅੰਗਦ ਸਾਹਿਬ ਵਰ ਦੇ ਰਹੇ। ਤੁਮ ਹੋ ਨਿਥਾਵਨ ਕੇ ਥਾਨ, ਕਰੋ ਨਿਮਾਣ ਮਾਣ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ, 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 ਧੰਨ ਧੰਨ ਸ੍ਰੀ ਗੁਰੂ ਅਮਰ। ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਗੁਰੂ ਅਮਰਦਾਸ ਜਿਉਂ ਜਿਉਂ ਗੁਰੂ ਅੰਗਦ ਸਾਹਿਬ ਵਰ ਦੇ ਰਹੇ, ਗੁਰੂ ਅਮਰਦਾਸ ਜੀ ਤਿਉਂ ਤਿਉਂ ਝੁਕਦੇ ਜਾ ਰਹੇ। ਹਾਂਜੀ, ਜਿਸ ਤਾਣ ਨੂੰ ਫਲ ਲੱਗਦੇ ਜਾਣ ਨਾ ਓਨੀ ਝੁਕਦੀ ਜਾਂਦੀ। ਧੰਨ ਗੁਰੂ ਰਾਮਦਾਸ ਜੀ, ਪਿਆਰ ਨਾ ਲੱਖ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਨਿਆਸਰਿਆਂ ਦੇ ਆਸਰਾ, ਨਿਧਰਿਆਂ ਦੀ ਧਿਰ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ, ਧੰਨ ਧੰਨ ਸ੍ਰੀ ਅਮਰਦਾਸ ਜੀ, ਧੰਨ ਧੰਨ ਸ੍ਰੀ ਗੁਰੂ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ, 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 ਧੰਨ ਧੰਨ ਸ੍ਰੀ ਗੁਰੂ। ਵਾਰੀ ਨੀ ਪੜਨੀ ਨਿਤੀਰਾਂ ਕੀ ਧੀਰ, ਪੀਰਾਂ ਕੇ ਪੀਰ, ਦਿਆਲ ਗਈ ਪਹਾੜ, ਦਿਆਲ ਗਈ ਪਹਾੜ, ਜਗਤ ਬੰਦੀ ਛੋੜ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ, 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 ਧੰਨ ਧੰਨ ਸ੍ਰੀ ਗੁਰੂ। ਪੰਨਨ ਕਣਨ ਸਮਰੱਥ, ਪੰਨਨ ਕਣਨ ਸਮਰੱਥ, ਸਭ ਜੀਵ ਕਾ ਜਿਸ ਹੱਥ, ਤੇਰੀ ਉਪਮਾ ਦੋਹੇ ਬਣ ਆਵੇ, ਤੇਰੀ ਉਪਮਾ ਦੋਹੇ ਬਣ ਆਵੇ, ਤੇਰੀ ਉਪਮਾ ਦੋਹੇ ਬਣ ਆਵੇ, ਤੇਰੀ ਉਪਮਾ ਦੋਹੇ ਬਣ ਆਵੇ। ਬੰਦੇ ਅਮਰਦਾਸ ਗੁਣ ਤੇਰੇ, ਅਮਰਦਾਸ ਅਮਰਦਾਸ ਗੁਣ ਤੇਰੇ,
ਉਪਮਾ ਤੇਰੀ ਉਪਮਾ ਉਪਮਾ ਤੇਰੀ ਉਪਮਾ 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 ਤੋਂ ਬਣਿਆ ਵੇ ਤੇਰੀ ਉਪਮਾ ਤੋਂ ਬਣਿਆ ਵੇ ਤੇਰੀ ਉਪਮਾ ਤੋਂ ਬਣਿਆ ਤੁਹਾਡੀ ਆਵਾਜ਼ ਵਾਹਿਗੁਰੂ 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 ਥੋੜਾ ਹੋਰ ਜ਼ੋਰ ਲਾਓ ਨੱਚ ਕੇ ਵਾਹਿਗੁਰੂ ਥੋੜਾ ਹੋਰ ਜ਼ੋਰ ਲਾਓ ਨੱਚ ਕੇ ਵਾਹਿਗੁਰੂ 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 ਵਾਹ ਤੇਰੀ ਉਪਮਾ ਤੋਹੇ ਬਣਿਆਵੇ ਤੇਰੀ ਉਪਮਾ ਤੋਹੇ ਬਣਾਵੇ ਤੇਰੀ ਉਪਮਾ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ 60 ਸਾਲ ਦੀ ਉਮਰ ਦੇ ਵਿੱਚ ਸੇਵਾ ਪ੍ਰਾਰੰਭ ਕੀਤੀ। 60 ਸਾਲ ਦੀ, ਕਈ ਵਾਰੀ ਅਸੀਂ ਥੋੜੀ ਜਿਹੀ ਵੱਡੀ ਉਮਰ ਹੋ ਜਾਏ ਨਾ ਢੇਰੀਆਂ ਢਾ ਦਿੰਦੇ ਹਾਂ, ਛੱਡ ਯਾਰ ਹੁਣ ਕੀ ਕਰਨਾ ਹੈ ਜੀ। ਪਰ ਗੁਰੂ ਅਮਰਦਾਸ ਪਾਤਸ਼ਾਹ ਸਾਨੂੰ ਮੈਸੇਜ ਦਿੰਦੇ ਨੇ, ਜ਼ਿੰਦਗੀ ਦੇ ਕਿਸੇ ਵੀ ਮੋੜ 'ਤੇ ਤੂੰ ਨਵੀਂ ਸ਼ੁਰੂਆਤ ਕਰ ਸਕਦਾ, ਘਬਰਾ ਨਾ, ਟੈਨਸ਼ਨ ਨਾ ਲੈ, ਇਹ ਨਾ ਕਹਿ ਮੈਂ ਹਾਰ ਗਿਆ, ਮੈਂ ਬੁੱਢਾ ਹੋ ਗਿਆ, ਨਹੀਂ ਜੀ। 20 ਚਾਬੀਆਂ ਪਈਆਂ ਨੇ, 18 ਲਾ ਲਈਆਂ ਹੀ, ਹਾਰ ਨਾ, ਹਿੰਮਤ ਨਾ ਹਾਰ, 2 ਜਿਹੜੀਆਂ ਪਈਆਂ ਨਾ ਉਹ ਵੀ ਲਾ ਲੈ, ਦੋਵਾਂ 'ਚੋਂ ਇੱਕ ਨਾਲ ਤਾਲਾ ਖੋਲ੍ਹੀ ਜਾਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਕਹਿੰਦੇ ਹਾਰ ਨਾ ਮੰਨ, ਕਿਸੇ ਵੀ ਮੁਕਾਮ 'ਤੇ ਤੂੰ ਚੱਲ ਰਿਹਾ, ਕਿਸੇ ਵੀ ਉਮਰ ਦੇ ਮੁਕਾਮ 'ਤੇ ਵੀ ਹੈ ਭਾਵੇਂ ਤੂੰ, ਪਰ ਹਾਰ ਨਾ ਮੰਨ, ਹਿੰਮਤ ਨਾ ਹਾਰ, ਹਿੰਮਤ ਨਾ ਹਾਰ, ਹਿੰਮਤ ਨਾ ਹਾਰ। ਅਸੀਂ ਕਈ ਵਾਰੀ ਹਾਏ ਗੋਡਿਆਂ ਦੀ ਦਰਦ ਹੁੰਦੀ ਹੈ, ਮੇਰੇ ਕੋਲੋਂ ਤਾਂ ਜਾਇਆ ਨਹੀਂ ਜਾਂਦਾ ਗੁਰਦੁਆਰੇ। 60 ਸਾਲ ਦੀ ਉਮਰ ਦੇ ਵਿੱਚ ਜਦੋਂ ਲੋਕੀ ਢੇਰੀਆਂ ਢਾ ਦਿੰਦੇ, ਬਾਬਾ ਉਦੋਂ ਸ਼ੁਰੂਆਤ ਕਰ ਰਿਹਾ, ਉਦੋਂ ਕਿੱਡੀ ਵੱਡੀ ਸਿੱਖਿਆ ਔਰ ਏਡੀ ਪਿਆਰੀ ਸੇਵਾ ਤੁਸੀਂ ਸੁਣਿਆ ਹੀ ਹੈ। 12 ਸਾਲ ਸੇਵਾ, ਇੱਕ ਵੀ ਨਾਗਾ ਨਹੀਂ,
ਇਹ ਮੇਰੀ ਬੇਨਤੀ ਅੱਜ ਜੇ ਅਸੀਂ ਇੱਥੇ ਆਏ ਹਾਂ ਨਾ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਜੀਵਨ ਦੇ ਵਿੱਚੋਂ ਸੇਵਾ ਦਾ ਇੱਕ ਕਿਣਕਾ ਜ਼ਰੂਰ ਆਪਣੇ ਘਰਾਂ 'ਚ ਲੈ ਕੇ ਜਾਇਓ ਜ਼ਰੂਰ ਸੇਵਾ ਏਡੀ ਵੱਡੀ ਇਹ ਗੱਲ ਸੁਣ ਲਓ ਫਿਰ ਆਪਾਂ ਸਮਾਪਤੀ ਵੱਲ ਵੱਧ ਰਹੇ ਹਾਂ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਇਹਦਾ ਨਹੀਂ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ ਇਹ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਪਿਆਰੇ ਮਿੱਠੇ ਬੋਲ ਨੇ ਜਿਹੜੇ ਮੈਂ ਤੁਹਾਡੇ ਨਾਲ ਸਾਂਝੇ ਕਰਨ ਲੱਗਾ ਕਹਿੰਦੇ ਪਾਸ਼ੰ ਕਰੋਤ ਅਗਰ ਨਿਵੇਂ ਨਿਰਾਸੰ ਆਸ ਪੂਰਣੇ ਕਹਿੰਦੇ ਸੇਵਾ ਵਿੱਚ ਏਡੀ ਤਾਕਤ ਏ ਏਡੀ ਤਾਕਤ ਜਿਹੜੇ ਪਿੱਛੇ ਨੇ ਨਾ ਪਿੱਛੇ ਸਭ ਤੋਂ ਪਿੱਛੇ ਲੋਕੀ ਕਹਿੰਦੇ ਕਿਸੇ ਜੋਗੇ ਨੀ ਜਿਹੜੇ ਸਭ ਤੋਂ ਪਿੱਛੇ ਨੇ ਕਹਿੰਦੇ ਸਦਕੇ ਸੇਵਾ ਦੇ ਗੁਰੂ ਸਭ ਤੋਂ ਅੱਗੇ ਉਹਨਾਂ ਨੂੰ ਖਿਲਾਰ ਦਿੰਦਾ ਹੈ ਸਦਕੇ ਸੇਵਾ ਦੇ ਪਾਸ਼ੰ ਕਰੋਰ ਪਾਸ਼ੰ ਕਰੋਤ ਅਗਰ ਨਿਵੇਂ ਹੈਂਜੀ ਨਿਰਾਸੰ ਆਸ ਪੂਰਣੇ ਕਹਿੰਦੇ ਸਦਕੇ ਸੇਵਾ ਦੇ ਜਿਹੜੇ ਨਿਰਾਸੇ ਨੇ ਨਾ ਜਿਨ੍ਹਾਂ ਦੀਆਂ ਆਸਾਂ ਕਿਤੇ ਪੂਰੀਆਂ ਨਹੀਂ ਹੁੰਦੀਆਂ ਉਹ ਗੁਰੂ ਘਰ ਵਿੱਚ ਸੇਵਾ ਸ਼ੁਰੂ ਕਰ ਦੇਣ ਉਹਨਾਂ ਦੀਆਂ ਆਸਾਂ ਵੀ ਪੂਰੀਆਂ ਹੋ ਜਾਂਦੀਆਂ ਨੇ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਆਸਾਂ ਪੂਰੀਆਂ ਭਾਈ ਆਦਮ ਵਰਗਿਆਂ ਦੀਆਂ ਹੋ ਗਈਆਂ ਪੁੱਤਰ ਚਾਹੀਦਾ ਸੀ ਵਡੇਰੀ ਉਮਰ ਸੀ ਮਹਾਰਾਜ ਕਹਿੰਦੇ ਅੱਛਾ ਤੇਰੇ ਭਾਗਾਂ 'ਚ ਨਹੀਂ ਪਰ ਤੂੰ ਸੇਵਾ ਕੀਤੀ ਤੇਰੇ ਨਾਲ ਬਚਨ ਕਰਦੇ ਸਾਡਾ ਚੌਥਾ ਪੁੱਤ ਸਾਡੇ ਘਰ ਨਹੀਂ ਹੁਣ ਤੇਰੇ ਘਰ ਆਏਗਾ ਨਿਰਾਸੰ ਆਸ ਪੂਰਣੇ ਜਿਹੜੇ ਨਿਰਾਸ਼ ਨੇ ਨਾ ਬੰਦੇ ਉਹਨਾਂ ਦੀਆਂ ਵੀ ਆਸਾਂ ਪੂਰੀਆਂ ਹੋ ਜਾਂਦੀਆਂ ਸਦਕੇ ਸੇਵਾ ਦੇ ਉਹ 10 ਮਿੰਟ ਭਾਵੇਂ ਸੇਵਾ ਕਰੋ ਕਰੋ ਜ਼ਰੂਰ ਜੋੜੇ ਝਾੜ ਲਓ ਜੂਠੇ ਬਰਤਨ ਮਾਂਜ ਲਓ ਤੇ ਜਦੋਂ ਜੋੜੇ ਝਾੜਦੇ ਆ ਨਾ ਸੰਗਤ ਦੇ ਉਦੋਂ ਭਾਵਨਾ ਆ ਰੱਖਣੀ ਇਹ ਨਹੀਂ ਕਿ ਕਿਸੇ ਬੀਬੀ ਦਾ ਜੋੜਾ ਹੱਥ 'ਚ ਆ ਗਿਆ ਭਾਈ ਦਾ ਬਸ ਇਹੋ ਹੀ ਸਮਝੀ ਜਾਣਾ ਬੀਬੀ ਦਾ ਜੋੜਾ ਭਾਈ ਦਾ ਜੋੜਾ ਬੱਚੇ ਦਾ ਜੋੜਾ ਨਹੀਂ ਕਿਸੇ ਬੀਬੀ ਦਾ ਜੋੜਾ ਹੱਥ ਵਿੱਚ ਆਇਆ ਤੂੰ ਜੋੜੇ ਸਾਫ਼ ਕਰਦਾ ਉਸ ਵੇਲੇ ਤੇਰੀ ਭਾਵਨਾ ਬਣੀ ਹੋਵੇ ਪਤਾ ਨਹੀਂ ਇਹ ਮਾਤਾ ਸਾਹਿਬ ਕੌਰ ਦਾ ਜੋੜਾ ਕਿ ਮਾਤਾ ਗੁਜਰੀ ਜੀ ਦਾ ਜੋੜਾ ਕਿਸੇ ਬੰਦੇ ਦਾ ਜੋੜਾ ਹੱਥ ਵਿੱਚ ਆਇਆ ਨਾ ਤੇਰੀ ਭਾਵਨਾ ਏਡੀ ਤਗੜੀ ਬਣੀ ਹੋਵੇ ਪਤਾ ਨਹੀਂ ਇਹ ਬਾਬਾ ਬੁੱਢਾ ਸਾਹਿਬ ਦਾ ਜੋੜਾ ਕਿ ਬਾਬਾ ਦੀਪ ਸਿੰਘ ਦਾ ਜੋੜਾ ਹੈ ਬੱਚੇ ਦਾ ਜੋੜਾ ਹੱਥ ਵਿੱਚ ਆ ਗਿਆ ਤੇਰੀ ਭਾਵਨਾ ਬਣੀ ਹੋਵੇ ਪਤਾ ਨਹੀਂ ਇਹ ਬਾਬਾ ਜ਼ੋਰਾਵਰ ਸਿੰਘ ਦਾ ਜੋੜਾ ਕਿ ਬਾਬਾ ਫਤਿਹ ਸਿੰਘ ਦਾ ਜੋੜਾ ਮੈਂ ਸੱਚ ਕਹਿੰਦੇ ਹਾਂ ਇੱਕ ਤੇ ਹੱਥ ਮਾਰ ਕੇ ਕਹਿ ਰਿਹਾ ਉਹਦੀ ਕਿਰਪਾ ਨਾਲ ਤੁਸੀਂ ਭਾਵਨਾ ਨਾਲ ਇੱਦਾਂ ਜੋੜੇ ਝਾੜਨੇ ਸ਼ੁਰੂ ਤੇ ਕਰੋ ਕਰੋ ਤੇ ਸਹੀ ਸੇਵਾ ਕਰੋ ਤੇ ਸਹੀ ਤੁਸੀਂ ਪਿਆਰ ਨਾਲ ਜੋੜੇ ਝਾੜੋਗੇ ਉਹ ਜਿਉਂ ਜਿਉਂ ਜੋੜੇ ਝਾੜੋਗੇ ਉਹ ਗੁਰੂ ਰਾਮਦਾਸ ਤੁਹਾਡੇ ਮਨ ਤੋਂ ਪਾਪਾਂ ਦੀ ਮੈਲ ਨੂੰ ਝਾੜਨਗੇ ਤੁਹਾਡੇ ਘਰਾਂ ਵਿੱਚੋਂ ਗਰੀਬੀ ਨੂੰ ਝਾੜਨਗੇ ਤੁਹਾਡੇ ਸਰੀਰਾਂ ਦੇ ਉੱਤੋਂ ਦੁੱਖਾਂ ਨੂੰ ਝਾੜਨਗੇ ਰੋਗਾਂ ਨੂੰ ਝਾੜਨਗੇ ਕਰੋ ਤੇ ਸਹੀ ਸ਼ੁਰੂ ਘਰ ਵਿੱਚ ਕੋਈ ਦੁੱਖ ਸੁੱਖ ਦਾ ਸਮਾਂ ਆਵੇ ਬੜੇ ਅਸੀਂ ਹੀਲੇ ਵਸੀਲੇ ਕਰਦੇ ਹਾਂ ਆਹ ਵੀ ਕਰਨਾ ਉਹ ਵੀ ਕਰਨਾ ਆਹ ਵੀ ਕਰਨਾ ਸਰੀਰਕ ਰੋਗ ਕੋਈ ਆ ਗਿਆ ਚੱਲ ਫਲਾਣੇ ਡਾਕਟਰ ਕੋਲ ਜਾਣਾ ਵੱਡੇ ਡਾਕਟਰ ਵੱਡੇ ਤੋਂ ਵੱਡੇ ਡਾਕਟਰ ਨੂੰ ਵਿਖਾਉਣਾ ਉਹ ਪਿਆਰੇ ਹੋ ਡਾਕਟਰਾਂ ਨੂੰ ਵੀ ਵਿਖਾਉਣਾ ਜ਼ਰੂਰੀ ਹੈ ਸੁਣਿਓ ਕਿਉਂਕਿ ਗੁਰੂ ਨੇ ਰਹਿਮਤ ਉਹਨਾਂ ਦੇ ਰਾਹੀਂ ਕਰਨੀ ਹੈ ਡਾਕਟਰੀ ਤੇ ਆਉਣਾ ਨਹੀਂ ਮਾਰਨੇ ਕਿਸੇ ਨਾ ਕਿਸੇ ਰੂਪ 'ਚ ਵਰਤਣਾ ਜੇ ਕੋਈ ਰੋਗ ਲੱਗਾ ਡਾਕਟਰ ਕੋਲ ਜਾਣਾ ਪਰ ਇੱਕ ਚੀਜ਼ ਦਾ ਧਿਆਨ ਰੱਖਣਾ ਆਸਰਾ ਡਾਕਟਰ ਦਾ ਨਹੀਂ ਲੈਣਾ ਨਿਤਨੇਮ ਵਧਾ ਕੇ ਵੱਡੇ ਡਾਕਟਰ ਗੁਰੂ ਰਾਮਦਾਸ ਦਾ ਆਸਰਾ ਲੈਣਾ ਬਾਬਾ ਇਹ ਡਾਕਟਰ ਦੀ ਦਵਾਈ ਵੀ ਤਾਂ ਹੀ ਅਸਰ ਕਰੇਗੀ ਜੇ ਤੇਰੀ ਕਿਰਪਾ ਮੇਰੇ ਨਾਲ ਹੋਏਗੀ ਆਖੋ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਜੀ ਵਾਹ ਵਾਹ ਸਤਿ
ਸ੍ਰੀ ਅਕਾਲ। ਘਰ ਵਿੱਚ ਕੋਈ ਮੁਸ਼ਕਲ ਦਾ ਸਮਾਂ ਆ ਗਿਆ ਹੈ ਜੀ, ਅਸੀਂ ਭੱਜੇ ਜਾਂਦੇ ਹਾਂ, ਫਲਾਣਾ ਵਕੀਲ ਕਰ ਲਈਏ, ਉਹ ਕਰ ਲਈਏ, ਇੱਦਾਂ ਕਰ ਲਈਏ। ਚਲੋ ਚੰਗੀ ਗੱਲ ਕਰਨੇ ਨੇ ਕਰਨੇ, ਮਾਰਨ ਨੇ ਡਾਇਰੈਕਟਲੀ ਨਹੀਂ ਵਰਤਣੇ, ਇਹਨਾਂ ਦੇ ਰਾਹੀਂ ਵਰਤਣਾ, ਇਹ ਹੀਲੇ ਵਸੀਲੇ ਕਰਨੇ ਨੇ। ਪਰ ਜਿਹੜੀ ਮੇਨ ਪਾਵਰ ਹੈ ਨਾ, ਉਹਨੂੰ ਨਹੀਂ ਛੱਡਣਾ, ਉਹਨੂੰ ਨਹੀਂ ਛੱਡਣਾ। ਨਿਤਨੇਮ ਵਧਾ ਕੇ ਕਿਹਾ ਕਰੋ ਗੁਰੂ ਰਾਮਦਾਸ, ਇਹ ਦੁਨਿਆਵੀ ਬੰਦੇ ਵੀ ਮੇਰੇ ਕੰਮ ਵਿੱਚ ਤਾਂ ਹੀ ਮਦਦ ਕਰ ਪਾਉਣਗੇ ਜੇ ਤੁਹਾਡੀ ਰਹਿਮਤ ਵਰਤੇ, ਤੁਹਾਡੀ ਰਹਿਮਤ। ਦਸ ਮਿੰਟ, ਪੰਦਰਾਂ ਮਿੰਟ ਸੇਵਾ ਸ਼ੁਰੂ ਕਰ ਦਿਓ, ਅੱਧਾ ਘੰਟਾ ਸੇਵਾ ਸ਼ੁਰੂ ਕਰ ਦਿਓ, ਸੰਗਤ ਦੇ ਜੋੜੇ ਝਾੜੋ, ਜੂਠੇ ਬਰਤਨ ਮਾਂਜੋ। ਤੇ ਉਸ ਵੇਲੇ ਇਹ ਨਹੀਂ ਫਲਾਣਾ ਆ ਰਿਹਾ, ਫਲਾਣਾ ਜਾ ਰਿਹਾ, ਉਹ ਨਹੀਂ, ਜੋੜੇ ਝਾੜਨ ਲੱਗੇ ਆ, ਬਰਤਨ ਮਾਂਜਣ ਲੱਗੇ ਆ, ਬਸ ਅੰਦਰ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਚੱਲਦਾ ਹੋਵੇ, ਕਿਵੇਂ ਨਹੀਂ ਗੁਰੂ ਤੇਰੇ ਕਰਮ ਬਦਲੇਗਾ, ਕਿਵੇਂ ਨਹੀਂ ਗਰੀਬੀ ਦੀਆਂ ਰੇਖਾਵਾਂ ਕੱਟੇਗਾ, ਕਿਵੇਂ ਨਹੀਂ ਦੁੱਖਾਂ ਦੀਆਂ ਰੇਖਾਵਾਂ ਕੱਟੇਗਾ। ਬਾਣੀ ਝੂਠੀ ਨਹੀਂ, ਝੂਠੇ ਅਸੀਂ ਆ ਜਿਹੜੇ ਨਹੀਂ ਮੰਨਦੇ ਜੀ। ਮਹਾਰਾਜ ਦੀ ਬਾਣੀ ਕਹਿ ਰਹੀ, ਕਹਿੰਦੇ ਪਾਸ਼ੰ ਕਰੋਤ ਅਗਰ ਨਹੀਂ ਮੈਂ ਨਿਰਾਸੰ ਆਸ ਪੂਰਨੇ, ਜਿਹੜੇ ਸਭ ਤੋਂ ਪਿੱਛੇ ਨੇ ਸੇਵਾ ਸਭ ਤੋਂ ਅੱਗੇ ਲਿਆ ਦਿੰਦੀ ਉਹਨਾਂ ਨੂੰ। ਭਾਈ ਬਹਿਲੋ ਜੀ ਕਿੰਨੀ ਦੇਰ ਬਾਅਦ ਆਏ, ਪਰ ਮਹਾਰਾਜ ਕਹਿੰਦੇ ਭਾਈ ਬਹਿਲੋ ਸਭ ਤੋਂ ਪਹਿਲੇ, ਪਿਛਲਿਆਂ ਨੂੰ ਸਭ ਤੋਂ ਅੱਗੇ ਲਿਆ ਕੇ ਖਿਲਾਰਤਾ, ਕਈ ਕਈ ਸਾਲਾਂ ਦੇ ਜਿਹੜੇ ਨਾਲ ਸੀ ਉਹ ਵੇਖਦੇ ਰਹਿ ਗਏ, ਕੀ ਗੱਲ ਬਣ ਗਈ। ਮਹਾਰਾਜ ਕਹਿੰਦੇ ਗੱਲ ਕੁਝ ਹੋਰ ਨਹੀਂ ਬਣੀ, ਇਹਦਾ ਅੰਦਰ ਪਾਕ ਪਵਿੱਤਰ ਹੈ ਤੇ ਭਾਵਨਾ ਨਾਲ ਸੇਵਾ ਕੀਤੀ ਹੈ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਗੁਰੂ ਘਰ ਦੀ ਸੇਵਾ ਦੇ ਲਈ ਇਹਨੇ ਬੋਲ ਕਬੋਲ ਵੀ ਚਰੇ, ਜੇ ਕਿਸੇ ਨੇ ਮਜ਼ਾਕ ਕਰਤਾ ਨਾ, ਗਲੀਆਂ ਦਾ ਕੂੜਾ ਪਾ ਭੱਠੇ ਦੇ ਵਿੱਚ ਤਾਂ ਲਾਲ ਨਿਕਲਣਗੀਆਂ, ਇਹਨੇ ਮਜ਼ਾਕ ਨੂੰ ਵੀ ਸੱਚ ਸਮਝ ਕੇ ਉਦਾਂ ਹੀ ਲੱਗ ਪਿਆ। ਮਹਾਰਾਜ ਨੇ ਫਿਰ ਇਹੋ ਜਿਹੇ ਭਾਗ ਲਾਏ, ਕਹਿੰਦੇ ਭਾਈ ਬਹਿਲੋ ਸਭ ਤੋਂ ਪਹਿਲੋਂ, ਇਹ ਸੇਵਾ ਦੀ ਤਾਕਤ। ਪਾਸ਼ੰ ਕਰੋਤ ਅਗਰ ਨਹੀਂ ਮੈਂ ਨਿਰਾਸ ਆਸੰਗ ਪੂਰਨੇ, ਨਿਰਾਸੰ ਆਸ ਪੂਰਨੇ। ਕਹਿੰਦੇ ਨਿਰਧਨ ਭਯੰ ਧਨਵੰਤੈ ਰੋਗੀਆਂ ਰੋਗ ਖੰਡਣੇ, ਕਹਿੰਦੇ ਜਿਹੜੇ ਗਰੀਬ ਨੇ ਨਾ, ਨਿਰਧਨ ਨੇ, ਸੇਵਾ ਦਾ ਸਦਕਾ ਉਹਨਾਂ ਨੂੰ ਧਨ ਵੀ ਮਿਲਦਾ, ਤੇ ਜਿਹੜੇ ਰੋਗੀ ਨੇ, ਰੋਗੀਆਂ ਦੇ ਰੋਗ ਵੀ ਰਾਜੀ ਹੁੰਦੇ ਸਦਕੇ ਸੇਵਾ ਦੇ। ਸੇਵਾ 'ਚ ਐਡੀ ਤਾਕਤ। ਇਹ ਮੈਨੂੰ ਅੱਜ ਤੋਂ 15-16 ਸਾਲ ਪੁਰਾਣੀ ਗੱਲ ਦੱਸ ਰਿਹਾ, 20 ਸਾਲ ਹੋ ਗਏ ਹੋਣੇ ਅੰਦਾਜ਼ਾ। ਅਸੀਂ ਛੋਟੇ ਛੋਟੇ ਹੁੰਦੇ ਸਾਂ, ਸਾਰੇ ਮਾਤਾ ਕੌਲਾਂ ਜੀ ਦੇ ਗੁਰਦੁਆਰੇ ਸਾਰੀ ਸਾਰੀ ਰਾਤ ਰਹਿਣਾ, ਸਵੇਰੇ ਅੰਮ੍ਰਿਤ ਵੇਲੇ ਉੱਠਣਾ, 3:30 ਇਸ਼ਨਾਨ ਕਰਨਾ, ਭਾਵੇਂ ਜਿੰਨੀ ਮਰਜ਼ੀ ਠੰਡ ਹੋਣੀ। ਅੱਜ ਵੀ ਉਹ ਮੋਟਰ ਲੱਗੀ ਹੈ ਸੁਖਾਸਨ ਸਾਹਿਬ ਦੇ ਕਮਰੇ ਦੇ ਕੋਲ, ਖੁੱਲ੍ਹੇ ਦੇ ਵਿੱਚ, ਖੁੱਲ੍ਹੇ ਅਸਮਾਨ 'ਚ ਠੰਡੇ ਪਾਣੀ ਨਾਲ ਇਸ਼ਨਾਨ ਕਰਨਾ, ਸੇਵਾ ਕਰਨੀ। ਉਹ ਦਿਨਾਂ 'ਚ ਕੋਈ ਬਿਮਾਰੀ ਵੀ ਕੋਲ ਨਹੀਂ ਸੀ ਆਉਂਦੀ, ਭੱਜ ਭੱਜ ਕੇ ਸੇਵਾ ਭੱਜ ਭੱਜ ਕੇ ਕਰਨੀ, ਕੋਈ ਚੀਜ਼ ਨੇੜੇ ਆਉਂਦੀ ਨਹੀਂ ਸੀ, ਥਕਾਵਟ ਨੇੜੇ ਆਉਂਦੀ ਨਹੀਂ ਸੀ, ਨੀਂਦ ਨੇੜੇ ਆਉਂਦੀ ਨਹੀਂ ਸੀ, ਭੁੱਖ ਪਿਆਸ ਨੇੜੇ ਆਉਂਦੀ ਨਹੀਂ ਸੀ, ਇੰਨਾ ਚਾਹ ਹੁੰਦਾ ਸੀ ਸੇਵਾ ਦਾ। ਤੇ ਉਹ ਦਿਨਾਂ ਵਿੱਚ ਕੋਈ ਇੱਕ ਵੀ ਸਾਡਾ ਸਾਥੀ ਬਿਮਾਰ ਬੁਖਾਰ ਤੱਕ ਵੀ ਨਹੀਂ ਸੀ ਚੜਦਾ, ਮਾਰਨ ਨੂੰ ਫਿਕਰ ਹੁੰਦੀ ਸੀ ਇਹ ਸਰੀਰਾਂ ਦੇ ਕੋਲੋਂ ਸੇਵਾ ਲੈਣੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਨਿਰਧਨ ਭਯੰ ਧਨਵੰਤੈ ਰੋਗੀਆਂ ਰੋਗ ਖੰਡਣੇ, ਭਗਤਿਆਂ ਭਗਤ ਦਾਨ ਰਾਮ ਨਾਮ ਗੁਣ ਕੀਰਤਨੇ। ਕਹਿੰਦੇ ਸਦਕੇ ਸੇਵਾ ਦੇ ਜਿਹੜੇ ਭਗਤ ਨੇ ਨਾ, ਉਹਨਾਂ ਦੀ ਭਗਤੀ 'ਚ ਰਸ ਵੀ ਆਉਣ ਲੱਗ ਪੈਂਦਾ ਹੈ, ਜਿਹੜੇ ਨਾਮ ਜਪਦੇ ਨਾ ਉਹਨਾਂ ਨੂੰ ਰਸ ਵੀ ਆਉਣ ਲੱਗ ਪੈਂਦਾ। ਤੇ ਪਿਆਰਿਓ, ਇੱਕ ਸਦਕੇ ਸੇਵਾ ਦੇ ਸਤਿਗੁਰੂ ਕਿਰਪਾ ਕਰਕੇ ਆਪਣੇ ਗੁਣਾਂ ਦੀ ਸਿਫਤ ਸਲਾਹ ਵੀ ਝੋਲੀ 'ਚ ਪਾ ਦਿੰਦੇ ਨੇ। ਸੇਵਾ ਦੇ ਵਿੱਚੋਂ ਕੀਰਤਨ ਆਇਆ ਬਾਹਰ,
ਸੇਵਾ ਦੇ ਵਿੱਚੋਂ ਹੀ ਰਸ ਆ ਗਿਆ ਬਾਹਰ, ਸੇਵਾ ਦੇ ਵਿੱਚੋਂ ਹੀ ਗਰੀਬੀ ਕੱਟੀ ਗਈ, ਸੇਵਾ ਦੇ ਨਾਲ ਹੀ ਪਿਆਰਿਓ ਬਿਮਾਰੀਆਂ ਦੂਰ ਹੋਈਆਂ, ਸੇਵਾ ਦੇ ਨਾਲ ਹੀ ਰਿੱਧੀਆਂ ਸਿੱਧੀਆਂ ਮਗਰ ਲੱਗੀਆਂ ਤੁਰੀਆਂ, ਸੇਵਾ ਦੇ ਨਾਲ ਹੀ ਜਿਹੜੇ ਪਿੱਛੇ ਸੀ ਉਹ ਅੱਗੇ ਆ ਗਏ ਸਦਕੇ ਸੇਵਾ ਦੇ। ਤੇ ਅਖੀਰ ਤੇ ਮਹਾਰਾਜ ਕੀ ਬਚਨ ਕਰਦੇ, ਕਹਿੰਦੇ ਪਾਰ ਬ੍ਰਹਮ ਪੁਰਖ ਦਾਤਾ ਰਹਿ ਨਾਨਕ ਗੁਰ ਸੇਵਾ ਕੇ ਨਾਲ ਲੱਭਤੇ। ਕਹਿੰਦੇ ਸਾਰੇ ਸੰਸਾਰ ਨੂੰ ਦਾਤਾਂ ਦੇਣ ਵਾਲਾ ਪਰਮੇਸ਼ਰ ਹੈ ਪਰਮੇਸ਼ਰ, ਤੇ ਕਹਿੰਦੇ ਉਸ ਪਰਮੇਸ਼ਰ ਗੁਰੂ ਦੀ ਸੇਵਾ ਦੇ ਵਿੱਚੋਂ ਜਿਹੜਾ ਸੇਵਾ ਕਰਦਾ ਉਹਨੂੰ ਕਿਹੜੀ ਕਿਹੜੀ ਸ਼ੈ ਨਹੀਂ ਮਿਲਦੀ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮ ਕਹਿੰਦੇ ਸਦਕੇ ਸੇਵਾ ਦੇ, ਸੇਵਾ ਕਰਨ ਵਾਲੇ ਨੂੰ ਲੋਕ ਦੀਆਂ ਦਾਤਾਂ ਵੀ ਮਿਲ ਜਾਂਦੀਆਂ ਤੇ ਪਰਲੋਕ ਦੇ ਸੁੱਖ ਵੀ ਮਿਲ ਜਾਂਦੇ। ਇਹ ਮੇਰੀ ਬੇਨਤੀ ਹੈ, ਬੇਨਤੀ ਜੋ ਮਰਜ਼ੀ ਹੋ ਜੇ, ਅੱਜ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਆਗਮਨ ਪੁਰਬ ਮਨਾ ਰਹੇ ਹਾਂ, ਜੋ ਮਰਜ਼ੀ ਹੋ ਜੇ, ਇਹ ਸੇਵਾ ਦਾ ਪੱਲਾ ਛੱਡਣਾ ਹੀ ਨਹੀਂ ਆਪਾਂ। ਦੁਨੀਆ ਜੋ ਮਰਜ਼ੀ ਕਵੇ, ਸੇਵਾ ਦਾ ਪੱਲਾ ਨਹੀਂ ਛੱਡਣਾ। ਬੜੀ ਤਰ੍ਹਾਂ ਨਾਲ ਸੇਵਾ ਹੁੰਦੀ, ਇਹ ਸੰਗਤ 'ਚ ਆਉਂਦੇ ਹੋ, ਪੰਜਾਂ ਪੰਜਾਂ ਨੂੰ ਨਾਲ ਲਿਆਓ, ਇਹ ਵੀ ਸੇਵਾ ਹੀ ਹੁੰਦੀ ਹੈ। ਦਸਵੰਡ ਕੱਢਣਾ, ਇਹ ਵੀ ਸੇਵਾ ਹੁੰਦੀ। ਲੋੜਵੰਦਾਂ ਦੀ ਮਦਦ ਕਰਨੀ, ਇਹ ਵੀ ਸੇਵਾ ਹੁੰਦੀ। ਪਿਆਰ ਨਾਲ ਬਹਿ ਕੇ ਸੁਣਿਆ, ਇਹਨੂੰ ਮੰਨਣਾ, ਇਹ ਵੀ ਸੇਵਾ ਹੁੰਦੀ। ਜੋੜੇ ਝਾੜਨਾ ਵੀ ਸੇਵਾ ਹੁੰਦੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਲੰਗਰ ਪਕਾਉਣਾ, ਲੰਗਰ ਵਰਤਾਉਣਾ, ਹਾਂਜੀ ਛਬੀਲਾਂ ਵਰਤਾਉਣੀਆਂ, ਪਾਣੀ ਦੀ ਸੇਵਾ, ਇਹ ਸਭ ਸੇਵਾਵਾਂ ਨੇ। ਕੋਈ ਵੀ ਸੇਵਾ ਕਰ ਲਓ, ਪਰ ਕਰੋ ਚਾਅ ਦੇ ਨਾਲ। ਅਤੇ ਪਿਆਰਿਓ, ਫਿਰ ਗੁਰੂ ਪਿਤਾ ਜੀ ਭਾਗ ਲਾਉਣਗੇ ਲਾਉਣਗੇ। ਅਤੇ ਤੁਹਾਨੂੰ ਵਧਾਈ ਹੈ ਸਭ ਨੂੰ, ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਆਗਮਨ ਪੁਰਬ ਦੀ ਵੀ, ਅਤੇ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਰਾਮ ਤੀਰਥ ਰੋਡ ਨੂੰ ਇਹ ਜਿਹੜਾ ਨਵਾਂ ਯੂਨਿਟ ਮਿਲਿਆ, ਨਵੀਂ ਜਗ੍ਹਾ ਪਿਤਾ ਜੀ ਨੇ ਝੋਲੀ 'ਚ ਪਾਈ ਹੈ, ਇਹ ਸੇਵਾ ਕੀਤੀ। ਮਾਤਾ ਹਰਦੇਵ ਕੌਰ ਜੀ ਜਿਨ੍ਹਾਂ ਦੇ ਅੰਦਰ ਇਹ ਉੱਦਮ ਉਪਰਾਲਾ ਬਾਪੂ ਜੀ ਨੇ ਕਰਵਾਇਆ, ਰੋਜ਼ 3 ਤੋਂ 4 ਸੁਣਦੇ ਨੇ ਕੀਰਤਨ। ਮਾਤਾ ਹਰਦੇਵ ਕੌਰ ਜੀ, ਬੇਟਾ ਸਰਬਜੀਤ ਸਿੰਘ ਜੀ, ਜੋ ਇਹ 3 ਤੋਂ 4 ਰੋਜ਼ ਪ੍ਰੋਗਰਾਮ ਵੇਖਦੇ ਦੁਪਹਿਰੀ PTC ਸਿਮਰਨ 'ਤੇ, ਇਹਨਾਂ ਦੇ ਅੰਦਰ ਉੱਦਮ ਆਇਆ। ਜਿਵੇਂ ਰਾਮ ਤੀਰਥ ਰੋਡ 'ਤੇ ਸੇਵਾਵਾਂ ਚੱਲਦੀਆਂ ਨੇ, ਇੱਥੇ ਵੀ ਯੂਨਿਟ ਸ਼ੁਰੂ ਹੋਣ, ਅਤੇ ਇਹਨਾਂ ਨੇ ਤਕਰੀਬਨ 1800 ਕਿ 2000 ਗਜ ਜਗ੍ਹਾ ਉਹ ਟਰੱਸਟ ਨੂੰ ਦਿੱਤੀ ਹੈ। ਅਤੇ ਇੱਥੇ ਫਿਰ ਹੁਣ ਕਿਹੜੀ ਕਿਹੜੀ ਪਲੈਨਿੰਗ ਹੋਣੀ, ਕੀ ਚੱਲਣਾ, ਉਹ ਤੁਹਾਨੂੰ ਮੈਂ 3 ਤੋਂ 4 ਵਾਲੇ ਪ੍ਰੋਗਰਾਮਾਂ 'ਚ ਬੋਲ ਦਿਆਂਗਾ। ਜੁਲਾਈ ਦੇ ਮਹੀਨੇ ਤੋਂ ਇੱਥੇ ਗੁਰੂ ਕਿਰਪਾ ਕਰੇ ਵਿਉਂਤਬੱਦੀ ਅਸੀਂ ਸਾਰੀ ਕਰ ਲਾਂਗੇ, ਕਿ ਇੱਕ ਚੁਪਹਿਰਾ ਪੱਕਾ ਮਹੀਨੇ ਦਾ ਸ਼ੁਰੂ ਕਰਦੀ ਆ। ਆਖੋ ਧੰਨ ਬਾਬਾ। ਜਿਵੇਂ ਸੰਗਤਾਂ ਜਾਂਦੀਆਂ ਨਾ ਬਾਬਾ ਦੀਪ ਸਿੰਘ ਜੀ ਦੇ ਅਸਥਾਨ 'ਤੇ ਚੁਪਹਿਰੇ ਕੱਟਣ, ਅਤੇ ਮੇਰੇ ਮਨ ਦੀ ਭਾਵਨਾ ਜੁਲਾਈ ਤੋਂ ਜਾਂ ਜੂਨ ਤੋਂ ਹੀ ਕਰ ਦਿਆਂਗੇ, ਬਸ ਉਹ ਵਿਉਂਤਬੱਦੀ ਥੋੜ੍ਹੀ ਕਰ ਲਈਏ, ਕਿਵੇਂ ਸੈਟਿੰਗ ਕਰਨੀ ਇੱਥੇ। ਅਤੇ ਇੱਕ ਚੁਪਹਿਰਾ ਹਰ ਮਹੀਨੇ 'ਚ ਰੱਖਿਆ ਕਰੀਏ, ਕਿ ਬਾਬਾ ਦੀਪ ਸਿੰਘ ਜੀ ਇੱਥੇ ਵੀ ਪ੍ਰਤੱਖ ਚੌਂਕੜਾ ਮਾਰ ਕੇ ਬਹਿਣ, ਅਤੇ ਜਿਹੜਾ ਚੁਪਹਿਰੇ ਕੱਟੇ ਬਾਬਾ ਦੀਪ ਸਿੰਘ ਉਹਨਾਂ ਦੇ ਦੁੱਖ ਕੱਟੀ ਜਾਣ। ਬੋਲੇ ਹਰ ਐਤਵਾਰ ਤੁਸੀਂ ਸ਼ਹੀਦਾਂ ਸਾਹਿਬ ਨਹੀਂ ਜਾ ਸਕਦੇ ਬਾਬਾ ਦੀਪ ਸਿੰਘ ਜੀ ਦੇ ਅਸਥਾਨ 'ਤੇ, ਪਰ ਮਹੀਨੇ 'ਚ ਇੱਕ ਦਿਨ ਇੱਥੇ ਤਾਂ ਨੇੜੇ ਵਾਲੇ ਆ ਹੀ ਸਕਦੇ ਹੋ ਨਾ। ਅਤੇ ਇਹ 1 ਜਾਂ 2 ਚੁਪਹਿਰੇ ਮਹੀਨੇ 'ਚ ਇੱਥੇ ਰੱਖਿਆ ਕਰਾਂਗੇ, ਕਿ ਸੰਗਤਾਂ ਹੋਰ ਵੱਧ ਤੋਂ ਵੱਧ ਲਾਹਾ ਲੈਣ। ਉਹ ਮੈਂ ਅਨਾਊਂਸਮੈਂਟ ਕੀਰਤਨਾਂ ਦੇ ਵਿੱਚ ਕਰਦਿਆਂਗਾ, 3 ਤੋਂ 4 ਵਾਲੇ ਪ੍ਰੋਗਰਾਮ 'ਚ ਜਾਂ ਰਾਤੀ 10 ਤੋਂ 11 ਵਾਲੇ ਪ੍ਰੋਗਰਾਮ 'ਚ ਰੋਜ਼ ਦੇਖਿਆ ਕਰੋ, ਸੁਣਿਆ ਕਰੋ, ਅਤੇ ਅੱਗੇ ਤੋਂ ਅੱਗੇ ਜੋੜੋ। ਜਿਹੜੇ ਨਹੀਂ ਜੁੜੇ ਨਾ, ਉਹਨਾਂ ਨੂੰ ਫੋਨ ਕਰੋ, ਰਿਸ਼ਤੇਦਾਰ, ਉਹ 3 ਤੋਂ 4 ਵੇਖ, ਇਹ ਵੀ ਸੇਵਾ ਹੈ। 10 ਤੋਂ 11 ਵੇਖ, ਇਹ ਵੀ ਵੱਡੀ ਸੇਵਾ ਜੋੜਨਾ, ਗੁਰੂ ਮਿਹਰ ਕਰੇ। ਬਹੁਤ ਬਹੁਤ ਵਧਾਈਆਂ ਬਾਬਾ ਦੀਪ ਸਿੰਘ, ਤੁਹਾਨੂੰ ਸਾਰਿਆਂ ਨੂੰ ਭਾਗ ਲਾਉਣ, ਚੜ੍ਹਦੀਆਂ ਕਲਾਂ, ਤੁਹਾਡੇ ਸਦਕਾ ਸਾਡੇ 'ਤੇ ਵੀ ਕਿਰਪਾ ਬਣੀ ਰਹੇ।
महाराज मेहरा करण मेहरा करण। इतनी को सेवा प्रमाण सारे पुलिस प्रशासन का भी धन्यवाद सारिया का जिन्होंने इन्हों सहयोग दिता होर जड़े जड़े सेवादार जिन्हों जिन्ह ने अज के समागम सहयोग दिता सबनों गुरु रामदास बरकत पाओ। आओ आनंद साहब का पाठ सारे रल मिल के करिए उस तो बाद अरदास हुक्मनामा लंगर प्रसाद छक के सारिया संगत ने फिर वाहगुरु वाहगुरु करदे चाले पाने तो वह जगह पर भी चरण पा के जाने और तीन तो चार रोज़ प्रोग्राम देखा करो दोपहरी पी टी सी सिमरन से राती 10 to 11 पी टी सी सिमरन से जिन्होंने चैनल साढ़े सबसक्राइब नहीं किए भाई अमनदीप सिंह जी ऑफिशियल चैनल कर लो तो अगे तो अगे संगतान जोड़ो अगे तो अगे जोड़ो बाकी जी तुम माया दिती है तुहानू पता ही है ट्रस्ट के जड़े जड़े काम चलते हैं स्कूल हस्पताल महाराज जी की मेहर का सदका इस तो इलावा गुरु बाबा नानक जी की रसोई चलती फिरती रसोई बाबा दीप सिंह फ्री टिफिन सेवा जिथे जिस राही रोज़ बजुर्गों दो वेले का टिफिन लंगर पैक करके पहुँचाया जाता वो सेवा नाल प्यारे विधवा बीबिया राशन की सेवा बड़ा दीवान हाल बन रहा नाल बड़ा गुरद्वारा साहब बन गया इस तो इलावा जी दया प्रमाण पारक सरां यह सारी जिनी माया तुसी दित्ती इन्हों कार्यों लई वरती जाती है गुरु साहब सबनों भाग लाओ मेरा करण तीन तो चार की रूटीन पक्की बना के रखो वो छड़नी नहीं जो मर्जी हो जाए। गुरु अमरदास जी ने इन्ना सब कुछ होने के बावजूद सेवा नहीं छड़े कि असी प्रोग्राम टीवी पर वेखना होंगे कई बार वो भी मिस कर दें वो नहीं करना तीन तो चार राती 10 to 11 पक्की रूटीन बना लो असी वेखना ही वेखना है जुड़ना ही जुड़ना है गुरु कृपा करे। आओ आनंद साहब का पाठ रल मिल के करिए वाहगुरु जी का खालसा वाहगुरु जी वाहगुरु जी का खालसा वाहगुरु जी की फतेह। धन गुरु रामदास जी धन बाबा दीप सिंह जी सतसंग जी जदों भी अमृतसर साहब आओ जिनी वारी भी आओ एक बारी जरूर बाबा दीप सिंह चैरिटेबल ट्रस्ट दाताबंदी छोड़ पब्लिक स्कूल राम तीर्थ रोड विखे चरण पा के जाओ और अपनियां अखां दे नाल आके वेखो किवें इत्थे सेवावां दा कुंभ चल रहा है। इत्थे प्यारे दाताबंदी छोड़ पब्लिक स्कूल चल रहे है जिस स्कूल दे विच बच्चियां नूं दोवें तरह की पढ़ाई गुरमत की पढ़ाई भी और दुनियावी पढ़ाई भी करवाई जा रही CBSE स्कूल है और बिल्कुल नॉर्मल जिहियां फीसां बच्चियां कोलों लईआं जांदियां ने। इस तों इलावा इस जगह दे उत्ते बाबा दीप सिंह हैल्थ केयर चैरिटेबल हस्पताल चल रहा है जिस हस्पताल दे विच 20 रुपए की पर्ची दे विच 2 दिन की दवाई और जिन्ने भी इलाज ने इक्को छत थले हो रहे हैं दंदां दे इलाज अखां दे इलाज अल्ट्रासाउंड एक्सरे और इस तों इलावा बच्चियां दे स्पैशलिस्ट डॉक्टर इत्थे बैठते हैं स्किन दे स्पैशलिस्ट डॉक्टर इत्थे बैठते हैं और जिन्ने भी इलाज ने इक्को छत दे थले बिल्कुल लागत मुल दे नाल हो रहे और अपनियां अखां नाल आ के वेखो किवें तुहाडे किणके किणके दे नाल गुरु बाबा नानक जी की रसोई चल रही जिस रसोई दे राही तकरीबन 2500 तो भी वध प्रेमी रोज़ प्रशादा छकते हैं। इस तों इलावा गुरु बाबा नानक जी की चलती फिरती रसोई जिस रसोई दे राही रोजाना कदी किते कदी किते जिथे जिथे भी लोड़ हुंदी है उस गड्डी दे राही प्रशादा पानी तैयार करके लोड़मंद थावां ते पहुँचाया जाता है। इस स्थान के उत्ते बाबा दीप सिंह फ्री टिफिन सेवा चल रही जिस सेवा दे राही वह बजुर्ग जिन्ना बजुर्गों नूं बच्चियां ने घरों कढ़ दिता असी जिहड़े सुणदे आ रोज़ असी इहो जी गलती नहीं करनी पर जिन्ना ने अणजाण पुणे दे विच इह गलती कीती अपने बजुर्गों नूं घरों कढ़ दिता प्यारे ओ खाण नूं उहनां दे कोल कुछ नहीं इत्थों तक छत भी नहीं कईआं दे कोल उहनां दे घरां दे विच दुपहर दे वेले टिफिन विच पैक करके
ਦੋ ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ ਔਰ ਇਸੇ ਅਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ ਤਬਲੇ ਦੀ ਸਿਖਲਾਈ ਕੀਰਤਨ ਦੀ ਸਿਖਲਾਈ ਗੁਰਬਾਣੀ ਦੀ ਸੰਥਿਆ ਅੰਮ੍ਰਿਤ ਵੇਲਾ ਸੰਭਾਲਣਾ ਸੰਧਿਆ ਦਾ ਸਮਾਂ ਸੰਭਾਲਣਾ ਜੀਵਨ ਉੱਚਾ ਸੁੱਚਾ ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ ਇਹ ਸਾਰੀ ਸਿੱਖਿਆ ਦਿੱਤੀ ਜਾਂਦੀ ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਦਿੰਦੇ ਹੋ ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ ਜਿੱਥੇ ਜੀ ਦੇ ਆ ਪਰਵਾਨ ਪਾਰਕ ਦੀ ਉਸਾਰੀ ਚੱਲ ਰਹੀ ਟੀਵੀ ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ ਇਹ ਜੀ ਦੇ ਆ ਪਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ ਖਾਣਾ ਪਾਉਣਾ ਇਹ ਕੰਮ ਹੋਇਆ ਕਰੇਗਾ ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ ਬਾਬਾ ਦੀਪ ਸਿੰਘ ਜੀ ਦੇ ਘਰ ਦੇ ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ ਸਟੇਸ਼ਨ ਤੋਂ ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ ਇਹ ਸਰਾਮ ਹੀ ਬਣ ਰਹੀ ਇਸ ਤੋਂ ਇਲਾਵਾ ਇਸੇ ਅਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ ਗੁਰਦੁਆਰਾ ਸਾਹਿਬ ਵੀ ਔਰ ਵੱਡਾ ਦੀਵਾਨ ਹਾਲ ਜਿਸ ਦੀਵਾਨ ਹਾਲ ਦੇ ਵਿੱਚ 8 to 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ ਐਡਾ ਵਿਸ਼ਾਲ ਦੀਵਾਨ ਹਾਲ ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ ਇਹ ਹੋ ਤੁਹਾਡੇ ਕਿਣਕੇ ਨਾਲ ਦਸਵੰਧ ਦੇ ਨਾਲ ਰਹੀ ਹੈ ਔਰ ਇਹ ਮੇਰੀ ਬੇਨਤੀ ਪਿਆਰਿਓ ਕੋਈ ਵੀ ਪ੍ਰੇਮੀ ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ ਦੋ ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ ਕੋਈ ਮਹੀਨੇ ਦੀ ਸੇਵਾ ਕਰਨੀ ਚਾਹੇ ਇੱਕ ਪਰਿਵਾਰ ਦੀ ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਅਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹੇ ਅਤੇ ਇਸ ਤੋਂ ਇਲਾਵਾ ਪਿਆਰਿਓ ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ ਅਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ ਮੇਰੀ ਬੇਨਤੀ ਹੈ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ 2 ਤੇਰੀਆਂ ਦੀ 5 ਤੇਰੀਆਂ ਦੀ 1300 ਭਾਵੇਂ 10 ਤੇਰੀਆਂ 100 ਤੇਰੀਆਂ ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ ਅਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ ਭਾਵੇਂ 1 ਤੇਰੀ 2 ਤੇਰੀਆਂ 50 ਤੇਰੀਆਂ 100 ਤੇਰੀਆਂ ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ ਅਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀ ਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ
ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰੱਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ 98150 99513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੁੱਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਐਤਵਾਰ ਅਤੇ ਐਤਵਾਰ ਦਾਤਾ ਬੰਦੀ ਸ਼ੋਰ ਪਬਲਿਕ ਸਕੂਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਵਾਇਆ ਜਾਂਦਾ। ਔਰ ਸਾਰੀਆਂ ਸੰਗਤਾਂ ਨੂੰ ਭਲੀ ਭਾਂਤ ਪਤਾ ਹੈ, ਜਦੋਂ ਸੰਗਤਾਂ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਗੁਰੂ ਪਿਤਾ ਜੀ ਦੀ ਗੋਦ ਦੇ ਵਿੱਚ ਬਹਿ ਕੇ ਬਾਬਾ ਦੀਪ ਸਿੰਘ ਜੀ ਦੀਆਂ ਵਡਿਆਈਆਂ ਕਰਦੀਆਂ ਨੇ ਔਰ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰਦੀਆਂ ਨੇ, ਗੁਰੂ ਪਿਤਾ ਜੀ ਦੀ ਗੋਦ ਵਿੱਚ ਬਹਿ ਕੇ ਸੰਗਤਾਂ ਪੰਜ ਪਾੜ ਜਪਜੀ ਸਾਹਿਬ, ਦੋ ਪਾੜ ਚੁਪਈ ਸਾਹਿਬ, ਇੱਕ ਪਾੜ ਸੁਖਮਨੀ ਸਾਹਿਬ, ਜਦੋਂ ਸੰਗਤਾਂ ਮਿਲ ਕੇ ਪਿਆਰ ਨਾਲ ਕਰਦੀਆਂ, ਚੁਪਹਿਰਾ ਕੱਟਦੀਆਂ ਨੇ, ਜਪ ਤਪ ਸਮਾਗਮ ਵਿੱਚ ਹਾਜ਼ਰੀਆਂ ਭਰਦੀਆਂ ਨੇ ਔਰ ਬਾਬਾ ਦੀਪ ਸਿੰਘ ਜੀ ਫਿਰ ਸਾਰਿਆਂ ਦੇ ਬੰਧਨਾਂ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੀ ਗਰੀਬੀ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਤੁਹਾਡੀਆਂ ਬਿਮਾਰੀਆਂ ਨੂੰ ਕੱਟਦੇ ਨੇ। ਮੈਂ ਹਜ਼ਾਰਾਂ ਤੁਹਾਨੂੰ ਪ੍ਰੇਮੀ ਇਹੋ ਜਿਹੇ ਮਿਲਾ ਸਕਦਾ ਜਿਹੜੇ ਹਰ ਐਤਵਾਰ ਅਤੇ ਐਤਵਾਰ ਜਦੋਂ ਦੇ ਰਾਮ ਤੀਰਥ ਰੋਡ ਆਉਣੇ ਸ਼ੁਰੂ ਹੋਏ ਨੇ, ਕਿਵੇਂ ਕਿਵੇਂ ਬਾਬਾ ਦੀਪ ਸਿੰਘ ਜੀ ਨੇ ਪ੍ਰਤੱਖ ਹੋ ਕੇ ਉਹਨਾਂ ਦੇ ਬੰਧਨ ਕੱਟੇ ਨੇ। ਅੱਗੇ ਅਸੀਂ ਚੁਪਹਿਰਾ ਕਰਦੇ ਸਾਂ ਮਹੀਨੇ ਵਿੱਚ ਇੱਕ ਵਾਰੀ, ਹਰ ਮਹੀਨੇ ਦੀ 27 ਤਰੀਕ ਨੂੰ। ਹੁਣ ਉਹ ਵੀ ਚੁਪਹਿਰਾ ਹੁੰਦਾ, 27 ਨੂੰ ਵੱਡਾ ਚੁਪਹਿਰਾ ਹੁੰਦਾ ਬਾਬਾ ਦੀਪ ਸਿੰਘ ਜੀ ਦੇ ਆਗਮਨ ਪੁਰਬ ਦੇ ਸੰਬੰਧ 'ਚ। ਪਰ ਚਾਰ ਚੁਪਹਿਰੇ ਹੋਰ ਬਾਪੂ ਦੀਪ ਸਿੰਘ ਨੇ ਝੋਲੀ 'ਚ ਪਾ ਤੇ, ਜਿਹੜੀ ਅਰਦਾਸ ਅੱਗੇ 5 ਮਹੀਨੇ ਲੱਗ ਜਾਂਦੇ ਸੀ। ਮੰਨ ਲਓ ਕੋਈ ਪ੍ਰੇਮੀ ਕਹਿੰਦਾ ਸੀ ਮੈਂ 5 ਚੁਪਹਿਰੇ ਕੱਟਣੇ ਨੇ, 5 ਮਹੀਨਿਆਂ 'ਚ ਕੱਟੇ ਜਾਂਦੇ ਸੀ, ਹੁਣ ਮਹੀਨੇ ਦੇ ਵਿੱਚ ਹੀ 5 ਚੁਪਹਿਰੇ ਕੱਟੇ ਜਾਂਦੇ ਨੇ, ਉਹੀ ਅਰਦਾਸ ਮਹੀਨੇ ਦੇ ਵਿੱਚ ਪੂਰੀ ਹੋ ਜਾਂਦੀ ਗੁਰੂ ਜੀ ਦੀ ਕਿਰਪਾ ਨਾਲ। ਇਹ ਮੇਰੀ ਬੇਨਤੀ ਹੈ ਪਿਆਰਿਓ, ਹਰ ਐਤਵਾਰ ਨੂੰ ਸਵੇਰੇ 11 ਤੋਂ 3:30 ਵਜੇ ਤੱਕ, ਪੌਣੇ 11 ਤੋਂ 11 ਵਜੇ ਤੱਕ ਕਥਾ ਹੋ ਜਾਇਆ ਕਰੇਗੀ। ਸਾਰੇ ਪਰਿਵਾਰਕ ਮੈਂਬਰ 10:30 ਲਾਸਟ ਪਹੁੰਚ ਜਾਇਆ ਕਰੋ, ਪੂਰੇ ਚੁਪਹਿਰਾ ਜਪ ਤਪ ਸਮਾਗਮ 'ਚ ਹਾਜ਼ਰੀ ਭਰਨੀ। 11 ਤੋਂ ਲੈ ਕੇ 2 ਵਜੇ ਤੱਕ 5 ਪਾਠ ਜਪਜੀ ਸਾਹਿਬ ਜੀ ਦੇ, 2 ਚੁਪਈ ਸਾਹਿਬ ਜੀ ਦੇ ਨਾਲ ਇੱਕ ਪਾਠ ਸੁਖਮਨੀ ਸਾਹਿਬ ਜੀ ਦਾ। ਉਸ ਤੋਂ ਬਾਅਦ ਤਕਰੀਬਨ 2 ਤੋਂ ਲੈ ਕੇ 3:15 ਤੱਕ ਦਾਸ ਕੀਰਤਨ ਦੀ ਹਾਜ਼ਰੀ, 3:30 ਵਜੇ ਤੱਕ ਪੂਰੀ ਸਮਾਪਤੀ ਹੋ ਜਾਇਆ ਕਰੇਗੀ। ਆਓ ਭਾਗਾਂ ਵਾਲਿਓ, ਬੰਧਨ ਕਟਵਾਉਣ ਦਾ ਸਮਾਂ, ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਦਾ ਸਮਾਂ, ਕੋਈ ਵੀ ਰਹਿ ਨਾ ਜਾਇਓ। ਜਿਹਦੀਆਂ ਜਿਹਦੀਆਂ ਫਾਈਲਾਂ
ਅਜੇ ਨਹੀਂ ਨਾ ਲੱਗੀਆਂ, ਚੁਪਹਿਰਿਆਂ ਵਿੱਚ ਆ ਕੇ ਆਪਣੀਆਂ ਫਾਈਲਾਂ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ, ਅਰਜ਼ੀਆਂ ਆਪਣੇ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ ਲਵਾਓ। ਬਾਪੂ ਨੇ ਤੁਹਾਡੀ ਇੱਕ ਇੱਕ ਦੀ ਅਰਜ਼ੀ ਕਬੂਲ ਕਰ ਲੈਣੀ ਹੈ, ਇਹ ਮੇਰੀ ਪੱਕੀ ਗਰੰਟੀ ਹੈ। ਮੈਨੂੰ ਪੱਕਾ ਵਿਸ਼ਵਾਸ ਹੈ ਆਪਣੇ ਬਾਬਾ ਦੀਪ ਸਿੰਘ ਜੀ ਦੇ ਉੱਤੇ। ਇਹ ਜਿਹੜੇ ਵੀ ਚੁਪਹਿਰਾ ਜਪ ਤਪ ਸਮਾਗਮ ਨੇ, ਇਹ ਸਾਡੇ ਯੂਟਿਊਬ ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਔਰ ਫੇਸਬੁੱਕ ਪੇਜ ਭਾਈ ਅਮਨਦੀਪ ਸਿੰਘ ਬੀਬੀ ਕੋਲਾਂ ਵਾਲੇ, ਇਹ ਦੋਵੇਂ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਇਹ ਲਾਈਵ ਦਿਖਾਏ ਜਾਂਦੇ ਨੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਹਰ ਐਤਵਾਰ ਆ ਕੇ ਰਾਮ ਤੀਰਥ ਰੋਡ ਹਾਜ਼ਰੀਆਂ ਭਰਿਆ ਕਰੋ, ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।